ਪਰ ਕੰਮ ਕਰ ਰੋਕ ਕੇ ਧਰਨਾ ਪ੍ਰਦਰਸ਼ਨ ਕਰਨਾ ਇਹ ਜਾਇਜ਼ ਹੈ? ਕੈਪਟਨ ਅਮਰਿੰਦਰ ਨੂੰ ਤਾਂ ਅਵਾਰਡ ਮਿਲ ਗਿਆ, ਹੁਣ ਆਦਰਸ਼ ਮੁੱਖ ਮੰਤਰੀ ਦਾ, ਹੁਣ ਆਦਰਸ਼ ਮੁੱਖ ਮੰਤਰੀ ਤੋਂ ਕੀ ਚਾਹੁੰਦੇ ਹੋ? ਇਸ ਚੀਜ਼ 'ਤੇ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਜੀ ਨੂੰ ਵੀ ਇਸ ਚੀਜ਼ 'ਤੇ ਬਿਆਨ ਦੇਣਾ ਚਾਹੀਦਾ ਸੀ, ਹੁਣ ਆਉਣਾ ਚਾਹੀਦਾ ਸੀ, ਕਿਉਂਕਿ ਗੱਲ ਕਰਤਾਰਪੁਰ ਸਾਹਿਬ ਦੀ ਸੀ। ਗੱਲ ਕਹੂੰਗਾ ਰਵਨੀਤ ਸਿੰਘ ਬਿੱਟੂ ਵਰਗੇ MP ਵੀ ਜਦੋਂ ਜਿਹਨੇ ਬਿਆਨ ਦਿੱਤਾ ਉਹ ਕਹਿ ਰਹੇ ਮੈਥੋਂ ਗਲਤ ਨੇ ਬਿਆਨ ਦਿੱਤਾ ਗਿਆ, ਵੀ ਗਲਤ ਬਿਆਨ ਦਿੱਤਾ ਗਿਆ, ਅਤੇ ਦੂਜੇ ਪਾਸੇ ਇਹ ਕਹਿ ਰਹੇ ਵੀ ਨਹੀਂ DGP ਸਾਹਿਬ ਨੇ ਸਹੀ ਬਿਆਨ ਦਿੱਤਾ ਵਾ। ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਢੱਲਾ। ਪੰਜਾਬ ਦੀ ਸਿਆਸਤ ਵਿੱਚ ਨਵੀਂ ਤਰ੍ਹਾਂ ਦੇ ਮੋੜੇ ਮਹਿਸੂਸ ਕੀਤੇ ਜਾ ਰਹੇ ਨੇ। ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਤਾਂ ਲੱਗਦਾ ਸੀ ਕਿ ਬਜਟ ਦਾ ਮਸਲਾ ਗੰਭੀਰ ਰਹੂਗਾ, ਬਿਜਲੀ ਸਮਝੌਤੇ ਵੱਡਾ ਮੁੱਦਾ ਰਹਿਣਗੇ, ਪਰ ਬਜਟ ਸੈਸ਼ਨ ਦੇ ਵਿੱਚ ਮੁੱਦਾ ਬਣ ਗਿਆ ਪੰਜਾਬ ਦਾ DGP ਅਤੇ ਪੰਜਾਬ ਦਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ। ਦੋਨਾਂ ਦੇ ਨਾਲ ਇਲਜ਼ਾਮ ਇਸ ਤਰ੍ਹਾਂ ਦੇ ਨੇ ਜਿਹਦੇ ਨਾਲ ਨਵਾਂ ਵਿਵਾਦ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਨਜ਼ਰ ਆਇਆ। ਅਕਾਲੀ ਦਲ ਨੇ ਵੀ ਔਰ ਆਮ ਆਦਮੀ ਪਾਰਟੀ ਨੇ ਅੱਜ ਬੈਨਰ 'ਤੇ ਝੰਡੀਆਂ ਲੈ ਕੇ ਗਏ ਸੀ, DGP ਦੀਆਂ ਤਸਵੀਰਾਂ ਬੈਨਰਾਂ 'ਤੇ ਲੱਗੀਆਂ ਸੀ, ਭਾਰਤ ਭੂਸ਼ਣ ਆਸ਼ੂ ਦੀਆਂ ਤਸਵੀਰਾਂ ਲੱਗੀਆਂ ਸੀ, ਅਤੇ ਦੋਹਾਂ ਦਾ ਜੰਮ ਕੇ ਵਿਰੋਧ ਕੀਤਾ ਗਿਆ। ਆਪ ਵਾਲੇ ਕਹਿੰਦੇ DGP ਨੂੰ ਵੀ ਬਰਖਾਸਤ ਕਰੋ ਅਤੇ ਆਸ਼ੂ ਨੂੰ ਵੀ ਬਰਖਾਸਤ ਕਰੋ। ਬਿਕਰਮ ਮਜੀਠੀਆ ਅਤੇ ਅਕਾਲੀ ਕਹਿੰਦੇ DGP ਨੂੰ ਵੀ ਬਰਖਾਸਤ ਕਰੋ ਅਤੇ ਆਸ਼ੂ ਨੂੰ ਵੀ ਬਰਖਾਸਤ ਕਰੋ, ਭਾਵ ਕਿ ਵਿਰੋਧੀ ਧਿਰਾਂ ਆਸ਼ੂ ਅਤੇ DGP ਦੇ ਪਿੱਛੇ ਪੈ ਗਈਆਂ। DGP 'ਤੇ ਮੁਅੱਤਲ DSP ਸੇਖੋਂ ਨੇ ਇਲਜ਼ਾਮ ਲਾਏ, ਬੜੇ ਗੰਭੀਰ ਇਲਜ਼ਾਮ ਲਾਏ, ਔਰ DGP ਨੇ ਭਾਵੇਂ ਮਾਫ਼ੀ ਮੰਗ ਲਈ, ਪਰ ਵਿਰੋਧੀ ਪਾਰਟੀਆਂ ਕਹਿੰਦੀਆਂ ਭਾਵੇਂ DGP ਨੇ ਮਾਫ਼ੀ ਮੰਗ ਲਈ, ਕੈਪਟਨ ਅਮਰਿੰਦਰ ਸਿੰਘ ਜਵਾਬ ਦੇਵੇ, ਕੈਪਟਨ ਅਮਰਿੰਦਰ DGP ਨੂੰ ਬਰਖਾਸਤ ਕਰੇ। ਇਹਦੇ ਨਾਲ ਨਾਲ ਸੁਖਦੇਵ ਢੀਂਡਸਾ ਦੀ ਰੈਲੀ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜੋ ਮਾਹੌਲ ਚੱਲ ਰਿਹਾ। ਸੁਖਦੇਵ ਢੀਂਡਸਾ ਦੀ ਰੈਲੀ ਦੇ ਵਿੱਚ ਅਕਾਲੀ ਦਲ ਦੇ ਮੁਕਾਬਲੇ ਦਾ ਇਕੱਠ ਹੋਇਆ, ਔਰ ਦੁਨੀਆ ਦੇ ਵੱਖ ਵੱਖ ਮੁਲਕਾਂ ਤੋਂ ਲੋਕ ਤੁਲਨਾ ਕਰ ਰਹੇ ਸੀ ਕਿ ਕੀ ਸੁਖਦੇਵ ਢੀਂਡਸਾ ਅਕਾਲੀ ਦਲ ਦੇ ਬਰਾਬਰ ਇਕੱਠ ਕਰ ਪਾਊਗਾ। ਪਹਿਲਾ ਇਕੱਠ ਕੀਤਾ ਸੁਖਦੇਵ ਢੀਂਡਸਾ ਨੇ, ਔਰ ਇਹ ਕਿਹਾ ਕਿ ਇਹ ਸਿਰਫ ਸੰਗਰੂਰ ਦਾ ਇਕੱਠ ਸੀ, ਹਾਲਾਂਕਿ ਇਕੱਠ ਪੰਜਾਬ ਦਾ ਹੀ ਹੋਣਾ, ਇਕੱਲੇ ਇੱਕ ਜ਼ਿਲ੍ਹੇ ਦਾ ਐਡਾ ਇਕੱਠ ਔਖਾ ਹੈ, ਪਰ ਟਕਸਾਲੀ ਔਰ ਢੀਂਡਸਾ ਕਹਿੰਦੇ ਸੰਗਰੂਰ ਜ਼ਿਲ੍ਹੇ ਦਾ ਇਕੱਠ ਸੀ, ਔਰ ਸੁਖਬੀਰ ਦਾ ਫਾਰਮੂਲਾ ਅੱਗੇ ਵਰਤਣਗੇ ਹੁਣ ਢੀਂਡਸੇ ਅਤੇ ਟਕਸਾਲੀ, ਪੂਰੇ ਪੰਜਾਬ 'ਚ ਰੈਲੀਆਂ ਕਰਨ ਦਾ ਫੈਸਲਾ ਕੀਤਾ। ਸੋ ਅਕਾਲੀ ਦਲ ਦੀਆਂ ਰੈਲੀਆਂ ਇੱਕ ਪਾਸੇ ਹੋਣਗੀਆਂ, ਔਰ ਮੁਕਾਬਲੇ 'ਚ ਢੀਂਡਸਿਆਂ ਦੀਆਂ ਰੈਲੀਆਂ ਹੋਣਗੀਆਂ, ਔਰ ਸਵਾਲ ਬਹੁਤ ਵੱਡਾ ਇਹਦੇ ਵਿੱਚੋਂ ਨਿਕਲਦਾ ਇਹਨਾਂ ਰੈਲੀਆਂ 'ਚੋਂ ਕਿ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਜੇ ਸੁਖਬੀਰ ਬਾਦਲ ਹੋਊ ਤਾਂ ਕੀ ਟਕਸਾਲੀ ਅਤੇ ਢੀਂਡਸੇ ਮੁੱਖ ਮੰਤਰੀ ਦਾ ਉਮੀਦਵਾਰ ਪਰਮਿੰਦਰ ਢੀਂਡਸੇ ਨੂੰ ਪੇਸ਼ ਕਰਨਗੇ? ਇਹਦੇ ਉੱਪਰ ਵੀ ਗੱਲ ਅੱਗੇ ਵਧਾਵਾਂਗੇ, ਕਿਉਂਕਿ 2022 ਤੋਂ ਪਹਿਲਾਂ ਹਰ ਉਸ ਵਿਚਾਰ ਦੇ ਉੱਤੇ ਮੈਂ ਗੱਲ ਕਰਨੀ ਚਾਹੁੰਦਾ ਜਿਹਦੇ ਨਾਲ ਪੰਜਾਬ ਦੀ ਸਿਆਸਤ ਜੁੜੀ ਹੈ। ਅੱਜ ਦੇ ਬਿਲਕੁਲ ਤਾਜ਼ੇ ਪੋਲੀਟੀਕਲ ਰਿਐਕਸ਼ਨ, ਫਿਰ ਗੱਲਬਾਤ ਅੱਗੇ ਵਧਾਵਾਂਗੇ। DGP ਸਾਹਿਬ ਨੇ ਤਾਂ ਸਪਸ਼ਟੀਕਰਨ ਦੇ ਦਿੱਤਾ, ਮਾਫ਼ੀ ਮੰਗ ਲਈ, ਮਗਰ ਕਾਂਗਰਸ ਦਾ MP ਰਵਨੀਤ ਬਿੱਟੂ ਇਸ ਕਾਰਵਾਈ ਨੂੰ ਸਹੀ ਠਹਿਰਾ ਰਹੇ ਆ। ਸਾਡਾ ਪ੍ਰੋਟੈਸਟ ਉਸ ਗੱਲ ਦੇ ਖਿਲਾਫ ਹੈ। ਕਾਂਗਰਸ ਦੇ ਮੁੱਖ ਮੰਤਰੀ ਜਾਖੜ ਸਾਹਿਬ ਜਿਹੜੇ PPCC ਦੇ ਪ੍ਰਧਾਨ ਹੈ ਅਤੇ ਬੜਬੋਲੇ ਬਾਕੀ ਮੰਤਰੀ ਸਾਹਿਬਾਨ ਜਿਹੜੇ ਹਰ ਮੁੱਦੇ 'ਤੇ ਟਿੱਪਣੀ ਦਿੰਦੇ ਨੇ, ਉਹ ਇਸ ਮੁੱਦੇ 'ਤੇ ਚੁੱਪ ਨੇ। ਸ਼੍ਰੋਮਣੀ ਅਕਾਲੀ ਦਲ ਕਿੱਥੇ ਸਿਆਸੀਕਰਨ ਕਰ ਰਹੀ ਹੈ? ਬਿੱਟੂ ਸਾਹਿਬ ਨੂੰ ਪੁੱਛੋ ਕਿ ਜਿਹੜੇ ਉਹ ਬਹਿਬਲ ਕਲਾਂ ਦੇ ਪਰਿਵਾਰ ਕਹਿ ਰਹੇ ਨੇ ਕਿ ਸਾਡੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ, ਸਾਨੂੰ ਜੇ ਚੀਫ ਜਸਟਿਸ ਨੂੰ ਪਰਿਵਾਰ ਚਿੱਠੀ ਲਿਖ ਰਹੇ ਨੇ ਕਿ ਸਿਆਸੀਕਰਨ ਕਰੀ, ਉਹਦੇ ਵਾਸਤੇ ਤਾਂ ਬਿੱਟੂ ਸਾਹਿਬ ਬੋਲਦੇ ਨਹੀਂ। ਲੇਕਿਨ ਆਹ ਚੀਜ਼ ਜਿਹੜੇ ਦੇਸ਼ ਦੀ ਸਰਕਾਰ ਜਿਨ੍ਹਾਂ ਦਾ ਫਰਜ਼ ਬੰਦਾ ਆਪਣੇ ਬਾਰਡਰਾਂ ਦਾ ਹਿਫਾਜ਼ਤ ਕਰੀ, ਜਿਹੜੀ ਚੰਗੀ ਤਰ੍ਹਾਂ ਕਰ ਰਹੀ ਹੈ, ਸਾਨੂੰ ਪੰਜਾਬ ਸਰਕਾਰ ਦੀ ਲੋੜ ਤਾਂ ਹੈ ਨਹੀਂ। ਇਹ ਸਿਆਸੀਕਰਨ ਹੈਗਾ ਕਿ ਜਿਹੜਾ ਇੰਨੇ ਧਾਰਮਿਕ ਸਥਾਨ ਨੂੰ ਕਹਿੰਦਾ ਉੱਥੇ ਜਾ ਕੇ ਬੰਦੇ ਟੈਰਰਿਸਟ ਬਣ ਰਹੇ ਨੇ। ਮੈਂ ਹੈਰਾਨ ਹਾਂ, ਇੱਕ ਸਿੱਖ ਹੋਣ ਦੇ ਨਾਤੇ ਬਿੱਟੂ ਇਹ ਬੋਲ ਕਿਵੇਂ ਸਕਦਾ? ਲੇਕਿਨ ਉਹ ਬਹੁਤ ਕੁਝ ਬੋਲ ਜਾਂਦੇ ਨੇ। DGP ਨੇ ਇਸ ਫੂਡ ਡਿਪਾਰਟਮੈਂਟ ਦਾ ਸ਼ਰਧਾਲੂਆਂ ਪ੍ਰਤੀ ਨਜ਼ਰੀਆ ਵਾ ਜਾਂ ਆਮ ਸਿੱਖ ਕੌਮ ਬਾਰੇ ਉਹਨਾਂ ਦਾ ਕੀ ਨਜ਼ਰੀਆ, ਇਹ ਹੋਮ ਡਿਪਾਰਟਮੈਂਟ ਦਾ ਮਾਈਂਡਸੈਟ ਦਾ ਖੁਲਾਸਾ ਕੀਤਾ, ਵਿਚ ਇਜ਼ ਵੈਰੀ ਡੇਂਜਰਸ, ਇਟ ਇਜ਼ ਫੁੱਲ ਆਫ ਹੇਟ। ਆਸ਼ੂ ਕੈਪਟਨ ਅਮਰਿੰਦਰ ਸਿੰਘ ਤੋਂ ਉਲਟ ਕੈਂਪ ਦੇ ਮਿਨਿਸਟਰ ਹੈਗੇ ਆ। ਕੈਪਟਨ ਅਮਰਿੰਦਰ ਸਿੰਘ ਨੇ ਟਾਈਮਿੰਗ ਦਬਾਅ ਦੇ ਵਿੱਚ ਆ ਕੇ ਸਿਰਫ ਸਸਪੈਂਡ ਕਰਤਾ, ਪਰ ਦੋਨੋਂ ਪੱਖਾਂ ਦੀ ਤਹਿਕੀਕਾਤ ਨਹੀਂ ਕੀਤੀ ਕਿ DSP ਸੇਖੋਂ ਕੀ ਕਹਿ ਰਿਹਾ, ਉਹਨਾਂ ਗੱਲਾਂ ਦੀ ਜਾਂਚ। ਅਤੇ ਜਿਹੜੀ ਗੱਲ ਸੇਖੋਂ ਆਸ਼ੂ ਦੇ ਵਿਰੁੱਧ ਕਹਿ ਰਿਹਾ, ਉਹਨਾਂ ਗੱਲਾਂ ਦੀ ਜਾਂਚ ਕੀਤੀ ਨਹੀਂ ਹੈਗੀ। ਸੋ ਇਹ ਜਾਂਚ ਹੋਣੀ ਬਣਦੀ ਸੀ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਹੁੰਦਾ। ਉਹ ਮਹਾਨ ਸਥਾਨ ਜਿੱਥੇ ਭਾਈ ਲਹਿਣਾ ਸਾਹਿਬ ਜਾਂਦੇ ਆ ਅਤੇ ਗੁਰੂ ਅੰਗਦ ਦੇਵ ਸਾਡੇ ਦੂਸਰੇ ਗੁਰੂ ਬਣ ਕੇ ਉੱਥੋਂ ਵਾਪਸ ਆਉਂਦੇ, ਐਡੀ ਮਹਾਨ ਜਗ੍ਹਾ DGP ਸਾਹਿਬ ਨੇ ਆਪਣੀ ਪੀੜ੍ਹੀ 800 ਕਦੋਂ ਫੇਰਨਾ? ਸੋ ਵੱਖ ਵੱਖ ਪੋਲੀਟੀਕਲ ਧਿਰਾਂ ਦੇ ਨੁਮਾਇੰਦੇ ਵੀ ਸਾਡੇ ਨਾਲ ਮੌਜੂਦ ਨੇ। ਕੋਮਲ ਗੁਰਨੂਰ ਸਿੰਘ ਸਾਡੇ ਨਾਲ ਮੌਜੂਦ ਨੇ, ਸੁਖਪਾਲ ਖਹਿਰਾ ਦੇ ਧੜੇ ਨਾਲ ਵੀ ਨੇ, PDA ਨਾਲ ਵੀ ਨੇ, ਔਰ ਨੌਜਵਾਨ ਆਗੂ ਵੀ ਨੇ, ਔਰ ਪ੍ਰਭਜੋਤ ਸਿੰਘ ਧਾਲੀਵਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਔਰ ਵਿਜੇ ਮੋਹਰਾ ਸਾਹਿਬ ਸੀਨੀਅਰ ਪੱਤਰਕਾਰ ਨੇ।
एक एक करके सारे तो सवाल लवानी। सब तो पहला तो कुमर गनूर जी थोड़े तो सवाल लूंगा। खहरा साहब भी कहते विधानसभा च हाजरी लवाए, खहरा साहब सरगर्म हुए ने काफ़ी देर बाद विधानसभा च, की आस करते हो? उही गर्मी खहरा साहब दिखाउणगे विरोध वाली? बिल्कुल सर, उन्होंने इनफैक्ट दिखा भी दिती जो DGP साहब का बयान आया। तो तुम कह रहे हो कि सारे जेडे पंजाबी ज गुरु नानक नाम लेवा दे दिल से ठेस पहुंची जो उन्होंने बयान आया। तो खहरा साहब ने बकायदा प्रेस कॉन्फ्रेंस करके उन्होंने DGP साहब को नसीहत दी, तो उन्होंने मतलब ये काफ़ी निखेधी की जो साढ़े DGP साहब ने बयान दिता, पर उस तो बाद उन्होंने स्पष्टीकरण भी देता कि मेरी इंटेंशन होनी सी माफ़ी मांग ली, पर DGP जो सर एक अहुदा है ना, एक बड़ा रिस्पैक्ट फुल अहुदा, तो उन्होंने उस चीज़ का ख्याल रखना चाहिए, अपने अहदे का ख्याल रखना चाहिए। तो अगों की किसी भी धर्म के मतलब कोई भी यहोजी टिप्पणी नहीं होनी चाहिए जिद ना तो आतंकवादी नाल तुसी किसी तरीके नाल जोड़ो। तो बिल्कुल बहुत सुचेत होकर बयान देना चाहिए। हाँ, बहुत सुचेत होकर देना चाहिए। DGP ने जो DGP लैवल के अफसर ने कोई भी अजिहा बयान देने तो पहला या किसी सियाने पत्रकार इंटरव्यू देने तो पहला DGP चाहिए कि जरूर सलाह जरूर एक्सपर्ट ए। मैं एक चीज का दुख है, सानू सारे ने दुख है कि कैप्टन साहब का कोई प्रॉपर स्पष्टीकरण नहीं आया DGP साहब के बयान, जबकि उन्होंने देना चाहिए सी बयान, क्योंकि इस चीज से मैं लगता नवजोत सिंह सिद्धू जी ने भी इस चीज़ से बयान देना चाहिए सी, हुण आना चाहिए सी, क्योंकि गल करतारपुर साहब की सी। तो सारे पंजाबियों को पता है, गुरु नानक नाम लेवा को पता है, जे अज करतारपुर साहब के दर्शन हो रहे हैं वो जो योगदान हैगा सरदार नवजोत सिंह सिद्धू जी का हैगा, जे उन्हां श्रद्धालुओं को कहीं आतंकवादी कहा जा रहा है तो सरदार नवजोत सिंह सिद्धू जी भी आना चाहिए सी, जो मैं लगता है उन्होंने भी DGP नसीहत देनी चाहिए सी, क्योंकि वह सरकार च बैठे ने, तो सरकार च DGP कहते कि जो तेरा बयान है वह ठेस पहुंचाने वाला बयान है, तो उस चीज़ तो माफ़ी मंगे, जनतक तौर पर भी माफ़ी मंगे, तो विधानसभा च भी, तो लीडर जेडे कांग्रेस के लीडर ने उन्होंने भी इस चीज़ से स्पष्टीकरण प्रॉपर देना चाहिए जी। चलो मैं बेनती करूँगा जो मैं हाथ खड़ा करदा तो उदो तुम मेरे बोलने लिए थान छड़ देनी, क्योंकि बहुत साढ़े सत्कारयोग दर्शक कई उन्होंने बुरा लगता जो मैं फिर टोक टोक के तुम्हें रोकता, सो तुम जरूर सारे पैनलिस्ट ख्याल रखना। प्रभजोत जी, अकाली दल अज बड़े रणनीति दे नाल गए, तुसी पोस्टर लैके गए आशू दे भी DGP दे भी, की लग रहा है कैप्टन अमरिंदर तो घट नहीं मानते? अज बिक्रम मजीठिया भी कह रहा सी कि जब तक कैप्टन अमरिंदर बर्खास्त नहीं करता इन्हां नूं, बर्खास्तगी तो बिना होर कोई राह नहीं, तुहानूं नहीं लगता? तुसी सारे मांग करते सी वी सैशन का समा वधाया जाए, सैशन का समा वधाया जाए, विरोध और वॉकआउट करके बार बार विधानसभा की कार्रवाई रोकने नालों अगर उसारू ढंग नाल गल की जाए, DGP की भी गल की जानी चाहिए है, विधानसभा की गल होवे DGP की, DGP जे DGP की विधानसभा भी तुसी शिकायत कर सकते हो, सारे मंत्री ते MLA ये तुहाडे कोले पावर है, तुसी विधानसभा शिकायत भी कर सकते हो DGP की, पर विलेज कमेटी बाद दे विच जरूर DGP नूं पुछगिछ करूगी भी की होना चाहिए किन्हां हालातों से बयान आया, पर काम कर रोक के धरना प्रदर्शन करना यह जायज़ है? कैप्टन अमरिंदर नूं तां अवार्ड मिल गया हुण आदर्श मुख्यमंत्री का, हुण आदर्श मुख्यमंत्री तो की चाहते हो तुसी? आदर्श मुख्यमंत्री का थोनों दुला साहब थोड़े नाल नाल सारे पंजाब की जनता को ही पता भी किन्ने आदर्श मुख्यमंत्री है जी। जिथे दो सब तो अहम मुद्दे सिगे, देखो DGP साहब बड़ा 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 मुद्दा सारे पंजाब दे विच जिहदे वास्ते हरेक बंदे ने आपदा प्रतिक्रम दिता भी माड़ी गल कही है, उस दे नाल नाल DGP साहब ने आप भी उस गल की माफ़ी मंगी है, माफ़ी मांग ली, पर तुसीं इह भी देखो नाल दे नाल जिहड़े कांग्रेस के लीडर, मैं गल कहूँगा रवनीत सिंह बिट्टू वर्गे MP जिन्होंने उन्होंने बयान जायज़ ठहराया तो उन्होंने सपोर्ट की, कल कई चैनल चल रहा मैं देख रहा है, वो अज कितने खड़े स्टैंड उन्होंने कितने खड़े, मैं ये गल तो हैरानी हो रही है भी जो जिन्हें बयान दिता वो कह रहे मेरे तो गलत ने बयान दिता गया भी गलत बयान दिता गया, तो दूजे पास ये कह रहे भी नहीं DGP साहब ने सही बयान दिता वा, वो अज उन्होंने अच्छी पोजिशन की होगी वो देखने वाली होगी। जिहड़ी तुसीं विधानसभा की गल करते हो अहम मुद्दे से आशू बारे भी बड़ी वड्डी जिहड़े कल सनसनीखेज खुलासे किए आ, सिखों ने इल्जाम लाए, इल्जाम लाए विच कागजी पत्री तौर पर काफ़ी चीज़ें नाल लैके गए, भावें केस वो पुराने हो चुके हैं, देखो जी भी कोई भी पुराना किया हुआ काम, उन्होंने लुधियाना के कमिश्नर भी शिकायत दी है, मैं हाई कोर्ट भी अहम बड़े मुद्दे से, कोई आम इंसान किसी से कोई एलीगेशन लग जाए भावें पुराना होवें नवा हो जो नाल दी नाल सरकार नोटिस ले आउंदी भी कितने कोई खामी रह ना गई हो, नकार रहा तुहानू की लगता है कि तुम हुण बर्खास्तगी मांग रहे हो DGP की भी ते आशू की भी, तुहानू की लगता है कैप्टन अमरिंदर दोनों नूं बर्खास्त कर दो? मैं थोड़ा ये कहना जी जो किसी भी एक मतलब बड़े वधिया पोजिशन से बैठे पंजाब सरकार दे विच मंत्री आ उन्होंने तो कोई भी एडे वे इल्जाम लग जाए, कोई छोटे इल्जाम नहीं बड़े वे इल्जाम लगे उन्होंने, तो मेरे हिसाब से उन्होंने आप अगे आना चाहिए, उन्होंने कहना चाहिए मेरी जाँच करो
ਕਲੀਅਰ ਕੱਟ ਜਾਂਚ ਕਰੋ ਜਿੰਨਾ ਟਾਈਮ ਜਾਂਚ ਚੱਲਦੀ ਹੈ। ਦੇਖੋ ਜੇ ਮਿਨਿਸਟਰ ਦੇ ਅਹੁਦੇ 'ਤੇ ਰਹਿ ਕੇ ਉਹ ਜਾਂਚ ਕਰਾਉਣਗੇ ਤਾਂ ਜਾਂਚ ਤੋਂ ਜ਼ਰੂਰ ਪ੍ਰਭਾਵ ਪਊਗਾ, ਕਿਉਂਕਿ ਪੰਜਾਬ ਸਰਕਾਰ ਦੇ ਬੰਦਿਆਂ ਨੇ ਜਾਂਚ ਕਰਨੀ ਹੈ। ਉਹਨਾਂ ਨੂੰ ਆਪ ਵੀ ਇਸ ਗੱਲ 'ਤੇ ਅੱਗੇ ਆਉਣਾ ਚਾਹੀਦਾ ਵੀ ਮੈਂ ਉਹਨਾਂ ਟਾਈਮ ਤੱਕ ਜਿੰਨਾ ਟਾਈਮ ਮੈਂ ਕਲੀਅਰ ਨਹੀਂ ਹੁੰਦਾ ਉਹਨਾਂ ਟਾਈਮ ਆਪ ਵੀ ਮੰਤਰੀ ਦਾ ਅਹੁਦਾ ਛੱਡਣਾ ਚਾਹੀਦਾ। ਪਰ ਇੰਨਾ ਮੈਨੂੰ ਲੱਗਦਾ ਨਹੀਂ ਨਾ ਗੈਰਤ ਇਹਨਾਂ ਦੇ ਵਿੱਚ ਹੈ ਕਾਂਗਰਸ ਦੇ ਵਿੱਚ, ਅਤੇ ਨਾ ਕੈਪਟਨ ਸਾਹਿਬ ਐਡਾ ਵੱਡਾ ਸਟੈਪ ਲੈ ਸਕਦੇ ਆ ਵੀ ਉਹਨਾਂ ਨੂੰ ਬਰਖਾਸਤ ਕਰਨ। ਮੈਨੂੰ ਉਮੀਦ ਤਾਂ ਹੈ ਨਹੀਂ ਕੋਈ, ਪਰ ਫਿਰ ਵੀ ਜੋ ਇੱਕ ਸਾਡਾ ਹੱਕ ਬਣਦਾ ਐਜ਼ ਏ ਓਪੋਜੀਸ਼ਨ ਲੀਡਰ ਜਾਂ ਓਪੋਜੀਸ਼ਨ ਲੀਡਰ ਭਾਵੇਂ ਅਸੀਂ ਹੈ ਨਹੀਂ, ਪਰ ਰੋਲ ਹਮੇਸ਼ਾ ਅਕਾਲੀ ਦਲ ਹੀ ਓਪੋਜੀਸ਼ਨ ਦਾ ਅਦਾ ਕਰਦਾ। ਚਲੋ ਮੈਂ ਬਣਦਾ ਉਹ ਉਹਨਾਂ ਨੇ ਕੀਤਾ ਜੀ, ਮੈਂ ਆਉਣਾ ਤੁਹਾਡੇ ਕੋਲ। ਮੋਹਰਾ ਸਾਹਿਬ ਜੀ, ਕੀ ਲੱਗਦਾ ਕੈਪਟਨ ਅਮਰਿੰਦਰ ਆਸ਼ੂ 'ਤੇ ਵੀ ਬਹੁਤ ਵੱਡੇ ਇਲਜ਼ਾਮ ਲੱਗੇ ਨੇ ਗੰਭੀਰ, ਆਸ਼ੂ ਬੈਕਫੁੱਟ 'ਤੇ ਆ। ਆਸ਼ੂ ਨੇ ਇਹ ਜ਼ਰੂਰ ਕਹਿਤਾ ਕਿ ਮੈਂ ਨਿਰਦੋਸ਼ ਹਾਂ, ਪੁਰਾਣਾ ਕੋਈ ਮਾਮਲਾ ਸੀਗਾ ਅਤੇ ਮੈਂ ਉਹਦੇ 'ਚ ਸਾਫ਼ ਪਾਕ ਸਾਫ਼ ਹਾਂ, ਇਹ ਭਾਰਤ ਭੂਸ਼ਣ ਆਸ਼ੂ ਦਾ ਅਖਬਾਰਾਂ 'ਚ ਬਿਆਨ ਛਪਿਆ ਜੀ। ਪਰ ਕੈਪਟਨ ਅਮਰਿੰਦਰ ਨੇ ਕੋਈ ਅਫੀਸ਼ੀਅਲ ਸਟੇਟਮੈਂਟ ਨਹੀਂ ਦਿੱਤੀ। ਹੁਣ ਇਹ ਵਿਧਾਨ ਸਭਾ 'ਚ ਵੀ ਲੈ ਕੇ ਚਲੇ ਗਏ ਸਾਰੀਆਂ ਵਿਰੋਧੀ ਪਾਰਟੀਆਂ। ਜਦੋਂ MLA ਆਪਣੇ ਸਾਥੀ MLA ਦਾ ਪੋਸਟਰ ਲਾ ਕੇ ਬੈਨਰ ਲਾ ਕੇ ਮੰਗ ਕਰਨ, ਧਰਨਾ ਕਰਨ, ਕੈਪਟਨ ਅਮਰਿੰਦਰ ਦਾ ਜਵਾਬ ਦੇਣਾ ਬਣਦਾ? ਕੈਪਟਨ ਅਮਰਿੰਦਰ ਕਰ ਕੀ ਸਕਦਾ? ਤੁਹਾਨੂੰ ਕੀ ਲੱਗਦਾ ਕੈਪਟਨ ਅਮਰਿੰਦਰ ਹੁਣ ਆਸ਼ੂ ਨੂੰ ਬੁਲਾ ਕੇ ਪਹਿਲਾਂ ਸਾਰੀ ਗੱਲ ਪੁੱਛੂਗਾ? ਕਿਉਂਕਿ ਹੁਣ ਮੇਰਾ ਖਿਆਲ ਪਹੁੰਚ ਗਈ ਹੋਣੇ ਕੈਪਟਨ ਅਮਰਿੰਦਰ ਤਾਂ, ਅੱਜ ਵਿਧਾਨ ਸਭਾ 'ਚ ਵੀ ਗਏ ਨੇ, ਪਰਸੋਂ ਦਿੱਲੀ ਗਏ ਸੀ ਅਵਾਰਡ ਲੈਣ, ਆਦਰਸ਼ ਮੁੱਖ ਮੰਤਰੀ ਦਾ ਉਹਨਾਂ ਨੂੰ ਅਵਾਰਡ ਮਿਲਿਆ। ਹੁਣ ਆਦਰਸ਼ ਮੁੱਖ ਮੰਤਰੀ ਦਾ ਅਵਾਰਡ ਲੈ ਕੇ ਕੈਪਟਨ ਦੀਆਂ ਚੁਣੌਤੀਆਂ ਹੋਰ ਨਹੀਂ ਵੱਧ ਗਈਆਂ? ਹੁਣ ਆਦਰਸ਼ ਮੁੱਖ ਮੰਤਰੀ ਦਾ ਬਣਨਾ ਪਊ ਨਾ ਕੈਪਟਨ ਨੂੰ? ਬਿਲਕੁਲ, ਇਕੱਲੇ ਅਵਾਰਡ ਨਾਲ ਗੱਲ ਨਹੀਂ ਬਣਨੀ। ਅਤੇ ਕੀ ਕਰੂਗਾ ਹੁਣ ਉਹ DGP ਦੇ ਮਾਮਲੇ 'ਚ? ਕੈਪਟਨ ਅਮਰਿੰਦਰ ਕੀ ਕਰੂ? ਭਾਰਤ ਭੂਸ਼ਣ ਆਸ਼ੂ ਦੇ ਮਾਮਲੇ 'ਚ ਕੀ ਕਰੂ? ਦੇਖੋ ਡੱਲਾ ਸਾਹਿਬ, ਜਿਹੜਾ ਇਹ ਸਾਰਾ ਪ੍ਰਕਰਨ ਹੋਇਆ ਪਿਛਲੇ 1-2 ਦਿਨਾਂ ਦੇ ਵਿੱਚ, ਚਾਹੇ ਉਹ DGP ਸਾਹਿਬ ਦੀ ਗੱਲ ਹੋ ਚਾਹੇ ਆਸ਼ੂ ਦੀ ਜਿਹੜੀ ਗੱਲ ਸਾਹਮਣੇ ਆਈ ਹੈ, ਦੇਖੋ DGP ਨੇ ਆਪਣੇ ਬਿਆਨ ਦਾ ਕਲੀਅਰੈਂਸ ਸਾਰਿਆਂ ਨੂੰ ਦਿੱਤਾ ਕਿ ਉਹ ਜਿਹੜਾ ਬਿਆਨ ਸੀਗਾ ਉਹਨਾਂ ਨੇ ਕਿਹਾ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਤੇ ਮੈਂ ਮਾਫੀ ਮੰਗਦਾ। ਮਾਫੀ ਮੰਗ ਲਈ ਹੈ ਤੇ ਉਹ ਮਾਮਲਾ ਤਾਂ ਜੈਨੂਨ ਹੈ ਕਿ ਉਹ ਕਲੀਅਰੈਂਸ ਦੇ ਚੁੱਕੇ ਹੈ, ਔਰ ਕੈਪਟਨ ਸਾਹਿਬ ਹੁਣ ਉਹਦੇ 'ਤੇ ਕਲੀਅਰ ਕੀ ਕਰਨਗੇ, ਉਹਨਾਂ ਨੇ ਆਪ ਹੀ ਕਰ ਲਿੱਤੀ ਹੈ। ਔਰ ਜੇ ਆਏ ਵੀ ਕੈਪਟਨ ਸਾਹਿਬ, ਦੇਖੋ ਜੀ ਕੋਈ ਵੀ ਘਟਨਾ ਹੁੰਦੀ ਇੱਕਦਮ ਰਿਐਕਸ਼ਨ ਇੱਦਾਂ ਦੇ ਮਾਮਲੇ 'ਚ ਕਈ ਵਾਰੀ ਨਹੀਂ ਦਿੱਤਾ ਜਾਂਦਾ, ਕਿਉਂਕਿ ਉਹਦੇ 'ਚ ਸਾਰੇ ਪਹਿਲੂ ਦੀ ਇੱਕ ਗਹਿਨ ਜਾਂਚ ਹੁੰਦੀ ਵੀ ਕੀ ਕਿਹਾ, ਕਿੱਦਾਂ ਕਿਹਾ, ਕਿੱਦਾਂ ਸਰਕਾਰ ਨੂੰ ਡਿਫੈਂਸ ਕਰਨਾ ਹੈਗਾ ਇਹ ਸਾਰਾ ਮਾਮਲਾ। ਅਤੇ ਹੁਣ ਕੈਪਟਨ ਸਾਹਿਬ ਹੋ ਸਕਦਾ ਕਿ ਜਿੱਦਾਂ ਆਸ਼ੂ ਦਾ ਮਾਮਲਾ ਸਾਹਮਣੇ ਆਇਆ ਅੱਜ ਵਿਧਾਨ ਸਭਾ 'ਚ, ਹਰਪਾਲ ਚੀਮਾ ਅਤੇ ਆਪਣੇ ਅਕਾਲੀ ਦਲ ਦੇ ਵਿਕਰਮ ਮਜੀਠੀਆ ਔਰ ਹੋਰ ਉਹਨਾਂ ਦੇ ਸਾਥੀਆਂ ਨੇ ਬੜਾ ਤਗੜਾ ਪ੍ਰਦਰਸ਼ਨ ਕੀਤਾ ਉੱਥੇ, ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੂੰਗਾ, ਪਹਿਲਾਂ ਤਾਂ ਕਿ ਜਿਹੜਾ ਅੱਜ ਸੈਸ਼ਨ ਹੋਇਆ ਸੀ, ਦੇਖੋ ਇਹ ਸਾਰੇ ਕੰਮ ਦੇ ਵਿੱਚ ਅੱਜ ਸੈਸ਼ਨ ਦਾ ਕੰਮ ਬਰਬਾਦ ਹੋਇਆ, ਉੱਥੇ ਵੀ ਕੋਈ ਬਿਜ਼ਨਸ ਨਹੀਂ ਹੋਇਆ। ਅਤੇ ਕਹਿਣ ਦਾ ਮਤਲਬ ਕਿ ਜਨਤਾ ਦੀ ਜਿਹੜੀ ਗਾੜੀ ਕਮਾਈ ਹੈ ਉਹ ਇਹਨਾਂ ਗੰਮਾਂ 'ਚ ਕੱਢ ਦਿੱਤੀ ਜਾਂਦੀ ਹੈ। ਹਾਂ, ਇਹ ਜਿਹੜਾ ਇਸ਼ੂ ਜ਼ਰੂਰ ਹੈ ਕਿ ਆਸ਼ੂ ਦਾ ਜਿਹੜਾ ਮੁੱਦਾ ਨਿਕਲ ਕੇ ਸਾਹਮਣੇ ਦੁਬਾਰਾ ਆਇਆ, ਹਾਲਾਂਕਿ ਇਹ ਪੁਰਾਣਾ ਮੁੱਦਾ ਸੀਗਾ, ਔਰ ਇਹ ਜਿਹਨੂੰ ਕਹਿ ਸਕਦੇ ਕਿ ਇੱਕ ਤਰ੍ਹਾਂ ਦੇ ਨਾਲ ਬੰਦ। ਤੁਹਾਨੂੰ ਲੱਗਦਾ ਕੀ ਹੈ, ਭਾਰਤ ਭੂਸ਼ਣ ਆਸ਼ੂ ਖੁਦ ਪਿੱਛੇ ਹਟਣਗੇ? ਉਹਨਾਂ ਨੇ ਤਾਂ ਕਹਿ ਤਾ ਮੈਂ ਤਾਂ ਨਿਰਦੋਸ਼ ਹਾਂ, ਹੁਣ ਉਸ ਤੋਂ ਬਾਅਦ ਤੁਸੀਂ ਇੱਕ ਵਿਧਾਇਕ ਤੋਂ ਕੀ ਸੁਣਨਾ ਚਾਹੁੰਦੇ ਹੋ? ਜਾਂ ਕੀ ਲੱਗਦਾ ਉਹ ਕਹਿਣਗੇ, ਆਸ਼ੂ ਕਹਿਣਗੇ ਕੈਪਟਨ ਨੂੰ ਵੀ ਤੁਸੀਂ ਮੇਰੇ ਤੋਂ ਜਾਂਚ ਕਰਾ ਲਓ, ਉਨੀ ਦੇਰ ਮੈਂ ਮੰਤਰੀ ਮੰਡਲ ਤੋਂ ਵੱਖਰਾ ਬਿਆਨ ਦੇ ਦਿੱਤਾ ਅਜੇ ਅਖਬਾਰਾਂ 'ਚ ਛਪਿਆ ਕਿ ਇਹ ਪੁਰਾਣਾ ਮਸਲਾ ਸੀਗਾ, ਇਹ ਸਭ ਨਿਪਟ ਚੁੱਕਿਆ, ਇਹਦੇ 'ਚ ਕੁਛ ਨਹੀਂ ਹੈਗਾ, ਔਰ ਜੋ ਵੀ ਕੀਤਾ ਜਾ ਰਿਹਾ ਕਿਸੇ ਅਰੇ ਮੁੱਦਾ ਮਿਲ ਗਿਆ ਕਾਂਗਰਸ ਨੂੰ, ਕਾਂਗਰਸ ਦੇ ਖਿਲਾਫ ਨਹੀਂ, ਬਿਲਕੁਲ ਮਿਲ ਗਿਆ। ਦੇਖੋ ਕਾਂਗਰਸ ਦੇ ਖਿਲਾਫ ਮੈਂ ਉਹੀ ਕਹਿਣ ਲੱਗਿਆ ਸੀਗਾ ਜੀ, ਦੇਖੋ ਸਰਕਾਰ ਪਹਿਲਾਂ ਹੀ ਕਈ ਮਸਲਿਆਂ 'ਤੇ ਘਿਰੀ ਹੋਈ, ਬਿਜਲੀ ਦੇ ਮੁੱਦੇ 'ਤੇ, ਡਿਵੈਲਪਮੈਂਟ ਮੁੱਦੇ 'ਤੇ, ਕਰਜ਼ ਦੇ ਜਿਹੜੇ ਮਾਫੀ ਕਿਸਾਨਾਂ ਦੇ ਸੀਗੇ, ਸਟੂਡੈਂਟਸ ਨੂੰ ਨੌਕਰੀਆਂ ਦੇਣ ਦੇ, ਇਹ ਸਾਰੇ ਮਾਮਲੇ ਇੱਦਾਂ ਦੇ ਸੀਗੇ ਜਿਹੜੇ ਕਿ ਬਿਲਕੁਲ ਵਿਧਾਨ ਸਭਾ ਦੇ ਸੈਸ਼ਨ ਦੇ ਕੋਲ ਆ ਕੇ ਚੱਕੇ ਗਏ ਆ, ਔਰ ਹੁਣ ਸਰਕਾਰ ਦੀ ਛਵੀ ਨੂੰ ਧੱਕਾ ਲੱਗ ਰਿਹਾ। ਮੰਤਰੀ ਆਸ਼ੂ ਦੇ ਖਿਲਾਫ ਜਿਹੜਾ ਇਹ ਬਿਆਨਬਾਜ਼ੀ ਹੋਈ ਹੈ, ਜੋ ਮੁੱਦਾ ਚੱਕਿਆ ਗਿਆ, ਨੋ ਡਾਊਟ ਕਿ ਇਹਦੇ ਨਾਲ ਕਾਂਗਰਸ ਦੀ ਛਵੀ ਨੂੰ ਧੱਕਾ ਪਹੁੰਚੇਗਾ, ਔਰ ਇਹਦੇ 'ਚ ਮੈਨੂੰ ਲੱਗਦਾ ਕਿ ਹੁਣ ਕੈਪਟਨ ਸਾਹਿਬ ਜਿਹੜੇ ਆ ਉਹ ਆਪਣੇ ਕੈਬਨਿਟ ਨੂੰ ਬੁਲਾਉਣਗੇ, ਔਰ ਇਸ ਮਸਲੇ 'ਤੇ ਗਹਿਨ ਚਰਚਾ ਹੋਏਗੀ, ਔਰ ਉਸ ਤੋਂ ਬਾਅਦ ਹੀ ਇਹਦੇ 'ਤੇ ਕੋਈ ਫੈਸਲਾ ਦਿੱਤਾ ਜਾਏਗਾ ਕਿ ਆਸ਼ੂ ਨੂੰ ਇਸਤੀਫਾ ਦਵਾਇਆ ਜਾਵੇ ਜਾਂ ਨਾ ਦਵਾਇਆ ਜਾਵੇ। ਮੈਨੂੰ ਲੱਗਦਾ ਕਿ ਇਹਦੇ 'ਤੇ ਇਸਤੀਫਾ ਹੋ ਸਕਦਾ ਉਹਨਾਂ ਦਾ, ਕਿਉਂਕਿ ਸਰਕਾਰ ਇਸ ਮਸਲੇ 'ਤੇ ਘਿਰ ਜਾਏਗੀ ਚੰਗੀ ਤਰ੍ਹਾਂ, ਕਿਉਂਕਿ ਇਸ ਮਾਮਲੇ 'ਤੇ ਹੋਰ ਇੱਕ ਵਾਰੀ ਤੁਹਾਨੂੰ ਲੱਗਦਾ ਕਿ ਨਵੇਂ ਸਿਰੇ ਤੋਂ ਪੁਲਿਸ ਨੂੰ ਵੀ ਉਹਨਾਂ ਨੇ ਸ਼ਿਕਾਇਤ ਦਿੱਤੀ ਹੈ, ਜਾਂ ਤਾਂ ਜਾਂਚ ਕਰਨੀ ਪਏਗੀ, ਜਾਂਚ ਕਰਨੀ, ਜਾਂ ਪੁਲਿਸ ਆਪਣੀ ਜਾਂਚ ਕਰਕੇ ਆਸ਼ੂ ਨੂੰ ਨਵੇਂ ਸਿਰੇ ਤੋਂ ਕਲੀਨ ਚਿੱਟ ਦੇਵੇ, ਜਾਂ ਦੱਸੇ ਵੀ ਪੁਰਾਣੀ ਕਲੀਨ ਚਿੱਟ ਮਿਲੀ ਆ, ਕਿਉਂਕਿ ਅਕਾਲੀ ਦਲ ਵਾਲਿਆਂ ਦਾ ਵੀ ਇੱਕ ਲੀਡਰ ਸੀ ਵਿਰਸਾ ਸਿੰਘ ਵਲਟੋਹਾ, ਉਹ ਵੀ ਬੜੇ ਪੁਰਾਣੇ ਮਾਮਲੇ ਦੇ ਵਿੱਚ ਅੱਜ ਕੱਲ੍ਹ ਉਹਨਾਂ ਨੂੰ ਵੀ ਜਾਣਾ ਪੈ ਰਿਹਾ। ਕੋਰਟ ਕਚਹਿਰੀਆਂ ਸਾਰੇ ਤੋਂ ਸਾਡੇ ਲੋਕਤੰਤਰ 'ਚ ਸਭ ਤੋਂ ਉੱਤੇ ਨੇ, ਸੋ ਕਿਸੇ ਨੂੰ ਵੀ ਕੋਰਟ ਕਚਹਿਰੀ ਜਾਣ ਤੋਂ ਸੰਗ ਨਹੀਂ ਕਰਨਾ ਚਾਹੀਦਾ, ਆਪਣੇ ਆਪ ਨੂੰ ਜਾ ਕੇ ਆਪਣਾ ਪੱਖ ਰੱਖਣਾ ਚਾਹੀਦਾ। ਅਦਾਲਤਾਂ ਬੜੀਆਂ ਸਨਮਾਨਯੋਗ ਨੇ, ਸੋ ਜੇ ਦੁਬਾਰਾ ਇਹ ਮਾਮਲਾ ਅਦਾਲਤ 'ਚ ਜਾਂਦਾ ਹੈ ਤਾਂ ਫਿਰ ਦੇਖਦੇ ਹਾਂ ਇਹਦੇ ਵਿੱਚੋਂ ਨਿਕਲਦਾ ਕੀ ਆ। ਪਰ ਠੀਕ ਹੈ, ਪੋਲੀਟੀਕਲ ਲੋਕ ਨੇ ਇੱਕ ਦੂਜੇ 'ਤੇ ਇਲਜ਼ਾਮ ਲਾਉਂਦੇ ਨੇ, ਸੋ ਸਿਆਸਤ ਹੈ ਜਿਹੜੀ ਉਹ ਹੁੰਦੀ ਹੈ, ਵਿਧਾਨ ਸਭਾ ਦਾ ਕੰਮ ਨਹੀਂ ਉਹਦੇ ਨਾਲ ਰੁਕਣਾ ਚਾਹੀਦਾ। ਇੱਕ ਹੋਰ ਬੜਾ ਅਹਿਮ ਇਸ਼ੂ ਹੈ, ਉਹਨੂੰ
ਮੰਤਰੀ ਮੰਡਲ ਦਾ ਹੁਣ ਜਦੋਂ ਫੇਰ ਬਦਲ ਹੋਣਾ ਹੈ, ਆਸ਼ੂ ਤੇ ਗੰਭੀਰ ਇਲਜ਼ਾਮ ਆ ਗਏ ਜੀ, ਉਸੇ ਦਰਮਿਆਨ ਮੰਤਰੀ ਮੰਡਲ ਦੇ ਫੇਰ ਬਦਲ 'ਚ ਹੀ ਆਸ਼ੂ ਨੂੰ ਵੀ ਮੰਤਰੀ ਮੰਡਲ ਤੋਂ MLA ਮੰਤਰੀ ਦੀ ਬਜਾਏ ਫਿਰ ਉਹਨਾਂ ਨੂੰ MLA ਰਹਿਣ ਦਿੱਤਾ ਜਾਵੇ, ਤਾਂ ਕਿ ਸਰਕਾਰ ਦੀ ਬਦਨਾਮੀ ਵੀ ਨਾ ਹੋਵੇ, ਆਸ਼ੂ ਵੀ ਇਸ ਐਲੀਗੇਸ਼ਨ 'ਤੇ ਮੰਤਰੀ ਮੰਡਲ 'ਚੋਂ ਬਾਹਰ ਨਾ ਜਾਵੇ ਕਿ ਆਸ਼ੂ 'ਤੇ ਵੱਡੇ ਇਲਜ਼ਾਮ ਲੱਗੇ ਸੀ ਅਤੇ ਉਹਨੂੰ ਮੰਤਰੀ ਮੰਡਲ 'ਚੋਂ ਹਟਾ ਤਾ। ਕੀ ਕੈਪਟਨ ਅਮਰਿੰਦਰ ਕੋਈ ਸੌਖਾ ਰਾਹ ਕੱਢ ਸਕਦਾ ਵੀ ਮੰਤਰੀ ਮੰਡਲ ਤਬਦੀਲ ਕਰਤਾ ਜੀ ਅਤੇ ਨਵਿਆਂ ਨੂੰ ਜ਼ਿੰਮੇਵਾਰੀ ਦਿੱਤੀ? ਨਹੀਂ, ਤੁਸੀਂ ਬੜਾ ਵਧੀਆ ਸਵਾਲ ਕੀਤਾ ਜੀ, ਇਹ ਗੱਲ ਤੁਸੀਂ ਬਿਲਕੁਲ ਸਹੀ ਫੈਕਟਫੁਲ ਕਹੀ ਹੈ ਕਿ ਜਿਹੜਾ ਦੇਖੋ ਮਾਰਚ ਦੇ ਵਿੱਚ ਕਾਂਗਰਸ ਦਾ ਰਾਸ਼ਟਰੀ ਅਧਿਵੇਸ਼ਨ ਹੈ ਦਿੱਲੀ ਦੇ ਵਿੱਚ ਜੀ, ਉੱਥੇ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਨੂੰ ਨੈਸ਼ਨਲ ਜਿਹੜਾ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ, ਔਰ ਉਹਨਾਂ ਦੇ ਬੜੀ ਵੱਡੀ ਉਮੀਦ ਹੈ ਕਿ ਦੇਖੋ ਉਹਨਾਂ 'ਚ ਬੰਦਾ ਕੌਣ ਹੈ, ਅਗਰ ਰਾਹੁਲ ਵੀ ਬੰਦੇ ਹੈ ਤਾਂ ਉਸ ਤੋਂ ਬਾਅਦ ਪੰਜਾਬ ਵੱਲ ਉਹਨਾਂ ਦਾ ਜਿੱਥੇ ਪ੍ਰਧਾਨਗੀ ਦੀ ਲੈ ਕੇ ਇੱਕ ਨਵੀਂ ਗੱਲਬਾਤ ਸ਼ੁਰੂ ਹੋਏਗੀ, ਉੱਥੇ ਜਿਹੜਾ ਮੰਤਰੀਆਂ ਦੇ ਜਿਹੜੇ ਬਦਲੇ ਜਾਣ ਦੀ ਗੱਲ ਕੀਤੀ ਤੁਸੀਂ ਵੀ ਹੋਰ ਜਿਹੜੇ ਪੁਰਾਣੇ ਚਿਹਰਿਆਂ ਨੂੰ ਹਟਾ ਕੇ ਨਵੇਂ, ਤਾਂ ਉਸ ਸਮੇਂ ਜਿਹੜਾ ਆਸ਼ੂ ਦਾ ਹੋਏਗਾ, ਕੈਪਟਨ ਸਾਹਿਬ ਵੀ ਆਪਣੀ ਸਰਕਾਰ ਦੀ ਛਵੀ ਨਾ ਖਰਾਬ ਹੋਵੇ, ਆਸ਼ੂ ਦੀ ਛਵੀ ਨਾ ਖਰਾਬ ਹੋਵੇ, ਉਸ ਦੌਰਾਨ ਜਿਹੜਾ ਆਸ਼ੂ ਦੀ ਜਿਹੜੀ ਮੰਤਰੀ ਪਣਾ ਹੈਗਾ ਇਹਨੂੰ ਬਦਲਿਆ ਜਾ ਸਕਦਾ, ਔਰ ਮੈਨੂੰ ਲੱਗਦਾ ਕਿ ਐਜ਼ ਏ MLA ਉਹਨਾਂ ਫਿਰ ਅੱਗੇ ਕਰਨਾ ਪਏਗਾ ਜੀ, ਔਰ ਨਵੇਂ ਚਿਹਰੇ ਮੰਤਰੀ ਮੰਡਲ 'ਚ ਲਿਆ ਸਕਦੇ, ਨਵੇਂ ਚਿਹਰੇ ਆਣਗੇ ਔਰ ਆਸ਼ੂ ਦਾ ਪੱਤਾ ਕੱਟ ਸਕਦਾ ਜੀ ਜਿਹੜੀ ਮੰਤਰੀ ਸਥਿਤੀ ਬਣ ਜੀ। ਚਲੋ ਚਲੋ, ਮੈਂ ਬੜਾ ਅਹਿਮ ਵਿਸ਼ਾ ਉਹਦੇ 'ਤੇ ਵੀ ਮੈਂ ਤੁਹਾਡੀ ਗੱਲ ਲੈਣੀ ਚਾਹੂੰਗਾ, ਰੈਲੀ ਹੋਈ ਕੱਲ੍ਹ ਢੀਂਡਸੇ ਦੀ, ਸੁਖਦੇਵ ਢੀਂਡਸੇ ਦੀ, ਟਕਸਾਲੀ ਵੀ ਉੱਥੇ ਸੀ, ਰਾਮੂ ਵਾਲੀਆ ਵੀ ਉੱਥੇ ਸੀ, ਮਨਜੀਤ ਸਿੰਘ GK ਵੀ ਉੱਥੇ ਸੀ, ਬਹੁਤ ਵੱਡਾ ਸ਼ਕਤੀ ਪ੍ਰਦਰਸ਼ਨ ਹੋਇਆ, ਨਾ ਬੈਂਸ ਗਏ ਨਾ ਖਹਿਰਾ ਗਏ, ਪਰ ਤੁਸੀਂ ਢੀਂਡਸਾ ਧੜੇ ਦੀ, ਢੀਂਡਸਾ ਗਰੁੱਪ ਦੀਆਂ ਇਸ ਕਾਮਯਾਬ ਰੈਲੀ ਨੂੰ ਕਿਵੇਂ ਵੇਖੋਗੇ? ਅਕਾਲੀਆਂ ਦੇ ਮੁਕਾਬਲੇ ਦਾ ਇਕੱਠ ਸੀ, ਇਹਦਾ ਸੰਕੇਤ ਕੀ ਮਿਲਦਾ ਕਿ PDA ਤਾਂ ਰੇਸ 'ਚੋਂ ਬਹੁਤ ਪਿੱਛੇ ਰਹਿ ਗਿਆ, ਢੀਂਡਸਾ ਟਕਸਾਲੀ ਇਹ ਫਿਰ ਅੱਗੇ ਨਿਕਲ ਗਏ? ਅਜਿਹੀਆਂ ਸਿੱਧੀਆਂ ਨੇ, ਬੈਂਸ ਵੀ ਨਹੀਂ ਗਿਆ ਕੱਲ੍ਹ, ਹਾਲਾਂਕਿ ਗੱਲਾਂ ਆ ਰਹੀਆਂ ਸੀਗੀਆਂ, ਪਹਿਲਾਂ ਬੈਂਸ ਨੇ ਕਿਹਾ ਸੀ ਅਸੀਂ ਢੀਂਡਸਾ ਸਾਹਿਬ ਦੇ ਨਾਲ ਹਾਂ, ਇਹਦਾ ਮਤਲਬ ਇਹ ਹੈ ਕਿ ਸਿਮਰਜੀਤ ਬੈਂਸ ਹਜੇ ਵੀ ਉਡੀਕਦਾ ਕਿ ਇਹ ਕੁਝ ਜਿਹੜਾ ਇਹਨਾਂ ਦਾ ਗਰੁੱਪ ਹੈ ਤਕੜਾ ਹੋਵੇ, ਜਾਂ ਕੋਈ ਚੋਣਾਂ ਦਾ ਸਮਾਂ ਨੇੜੇ ਆਵੇ ਤੇ ਫਿਰ ਅਸੀਂ ਗੱਲ ਕਰੀਏ ਸੀਟ ਸ਼ੇਅਰ ਤੇ ਗੱਲ ਕਰੀਏ, ਸਰ ਜਿਹੜਾ ਕੱਲ੍ਹ ਜਿਹੜਾ ਇਕੱਠ ਹੋਇਆ ਢੀਂਡਸਾ ਸਾਹਿਬ ਦਾ, ਉਹਨਾਂ ਨੇ ਇਕੱਠ ਦਾ ਨਾਮ ਰੱਖਿਆ ਸੀ ਪੰਥ ਬਚਾਓ ਪੰਜਾਬ ਬਚਾਓ, ਬੇਸਿਕਲੀ ਉਹਨਾਂ ਦਾ ਨਹੀਂ ਸਰ, ਮੇਰੀ ਗੱਲ ਮੈਨੂੰ ਕੰਪਲੀਟ ਕਰ ਲੈਣ ਦਿਓ, ਉਹਨਾਂ ਦਾ ਮੇਨ ਮੋਟਿਵ ਇਹ ਸੀ ਕਿ ਜਿਹੜੀ SGPC 'ਤੇ ਇੱਕ ਟੱਬਰ ਦਾ ਕਬਜ਼ਾ ਹੋਇਆ ਹੋਇਆ, ਪਹਿਲੇ ਅਸੀਂ SGPC ਨੂੰ ਉੱਥੋਂ ਛੁਡਵਾਉਣਾ ਇੱਕ ਟੱਬਰ ਤੋਂ SGPC ਦੀ, ਉਹਨਾਂ ਨੇ ਜੇ ਤੁਸੀਂ ਸਾਰੀ ਸਪੀਚਾਂ ਦੇਖੋ ਨਾ, ਉਹਨਾਂ ਦਾ ਮੇਨ ਫੋਕਸ ਇਹ ਸੀ ਕਿ ਅਸੀਂ SGPC ਦੀ ਇਲੈਕਸ਼ਨ ਲੜਾਂਗੇ, ਸਾਡੀ ਜਿਹੜੀ ਹਲਕੇ ਚ ਕੰਮ ਚੱਲ ਰਹੇ ਤੇ ਬੈਂਸ ਸਾਹਿਬ ਮੇ ਵੀ ਆਪਣੇ ਕੰਮ ਚ ਹੋਣਗੇ, ਜਿਹਦੇ ਕਰਕੇ ਉਹ ਗਏ ਨੀ, ਕਿਉਂਕਿ ਕਿਉਂਕਿ ਸਾਡੀ ਹਲੇ ਮੰਗ ਇਹ ਹੈ ਪੰਜਾਬ ਦੇ ਲੋਕਾਂ ਦੀ ਆਵਾਜ਼ ਹੁੰਦੇ, ਜਾਂ ਤਾਂ ਅਸੀਂ ਸਾਰੇ ਇੱਕ ਝੰਡੇ ਦੇ ਥੱਲੇ ਹੋਈਏ, ਹਲੇ ਸਾਡੀ ਕੋਸ਼ਿਸ਼ ਉਹ ਚੱਲ ਰਹੀ ਹੈ ਕਿ ਪਹਿਲੇ ਆਪਾਂ ਸਾਰੇ ਇਕੱਠੇ ਮਿਲ ਕੇ ਪਹਿਲੇ ਇੱਕ ਝੰਡਾ ਡਿਸਾਈਡ ਕਰ ਲਈਏ, ਪਰ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਜਿਹੜਾ ਉੱਥੇ ਇਕੱਠ ਹੋਇਆ ਬੜਾ ਪ੍ਰਭਾਵਸ਼ਾਲੀ ਸੀ, ਅਤੇ ਜਿਹੜਾ ਢੀਂਡਸਾ ਸਾਹਿਬ ਜਾਂ ਹੋਰ ਲੀਡਰਾਂ ਨੇ ਉੱਥੇ ਬਿਆਨਬਾਜ਼ੀ ਕੀਤੀ, ਅਤੇ ਮੈਨੂੰ ਲੱਗਦਾ ਸਭ ਤੋਂ ਵੱਧ ਜੇ ਝਟਕਾ ਲੱਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੱਗਿਆ, ਬਾਦਲ ਸਾਹਿਬ ਦਾ ਤੁਸੀਂ ਕਹਿ ਲਓ ਉਹਨਾਂ ਨੇ ਚਿੱਠੇ ਖੋਲ੍ਹ ਤੇ ਕਿ ਕਿੱਦਾਂ ਕਰਪਸ਼ਨ ਹੋ ਰਹੀ ਹੈ, SGPC ਲੌਂਗੋਵਾਲ ਸਾਹਿਬ 'ਤੇ ਵੀ ਉਹਨਾਂ ਨੇ ਐਲੀਗੇਸ਼ਨ ਲਾਏ, ਅਤੇ ਇਹ ਚੀਜ਼ ਨਾਲ ਇੱਕ ਲੋਕਾਂ ਨੂੰ ਆਸ ਇਹ ਬਣ ਸਕਦੀ ਹੈ ਕਿ ਇੱਕ ਪੰਥ ਦੇ ਲੜਾਈ ਲਈ, SGPC ਦੀ ਲੜਾਈ ਲਈ ਇੱਕ ਨਵੀਂ ਇੱਕ ਪੰਥਿਕ ਜਥੇਬੰਦੀ ਖੜੀ ਹੋ ਰਹੀ ਹੈ, ਅਤੇ ਢੀਂਡਸਾ ਸਾਹਿਬ ਉਹ ਉਹਨਾਂ ਨੂੰ ਲੀਡ ਕਰ ਸਕਦੇ ਹੈ ਜੀ। ਚਲੋ, ਤੁਸੀਂ ਪ੍ਰਭਜੋਤ ਧਾਲੀਵਾਲ ਸਾਹਿਬ ਕਿਵੇਂ ਦੇਖਦੇ ਹੋ ਕੱਲ੍ਹ ਦੀ ਰੈਲੀ ਨੂੰ? ਇੱਕ ਤਾਂ ਵਹਿਮ ਅਕਾਲੀ ਦਲ ਨੂੰ ਹੁਣ ਨਹੀਂ ਰੱਖਣਾ ਚਾਹੀਦਾ ਕਿ ਸਾਡੀ ਰੈਲੀ ਵੱਡੀ ਸੀ, ਢੀਂਡਸਿਆਂ ਦੀ ਛੋਟੀ ਹੈ। ਚਲੋ, ਮੈਂ ਕਿਸੇ ਦੀ ਵੀ ਰੈਲੀ ਵੱਡੀ ਨਹੀਂ ਕਹਿੰਦਾ, ਪਰ ਦੋਹਾਂ ਦੀਆਂ ਰੈਲੀਆਂ ਬਹੁਤ ਵੱਡੀਆਂ ਸੀ। ਬਿਲਕੁਲ ਠੀਕ ਹੈ ਜੀ, ਰੈਲੀਆਂ ਢੀਂਡਸੇ ਦੀ ਵੀ ਬਹੁਤ ਵੱਡੀ ਸੀ ਜੇ ਤੁਹਾਡੀ ਵੱਡੀ ਸੀ ਤਾਂ, ਹੁਣ ਜਦੋਂ ਰੈਲੀਆਂ ਦੋਵਾਂ ਦੀਆਂ ਬਹੁਤ ਵੱਡੀਆਂ ਤੇ ਦੋਨਾਂ 'ਚੋਂ ਵੱਡਾ ਕੌਣ ਰਹੂਗਾ? ਦੱਲਾ ਸਾਹਿਬ, ਰੈਲੀ ਦਾ ਹੀ ਫਰਕ ਸੀਗਾ। ਤੁਸੀਂ ਦੇਖੋ ਜੀ, ਜਿਹੜੇ ਸੰਗਰੂਰ ਅਤੇ ਬਰਨਾਲੇ ਦੇ ਸਾਰੇ ਹਲਕਾ ਇੰਚਾਰਜ ਆ ਅਕਾਲੀ ਦਲ ਦੇ, 9 ਦੇ 9 ਹਲਕਾ ਇੰਚਾਰਜ ਉਹਨਾਂ ਦੇ ਵਰਕਰ ਆ, ਉਹ ਸਾਰਿਆਂ ਨੇ ਰੈਲੀ ਕੀਤੀ, ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹਦੇ 'ਚ ਗਏ ਸੀ, ਬਾਦਲ ਸਾਹਿਬ ਜਿਹਦੇ ਗਏ ਸੀਗੇ, ਅਤੇ ਹੁਣ ਜਿਹੜੀ ਢੀਂਡਸਾ ਸਾਹਿਬ ਨੇ ਰੈਲੀ ਕੀਤੀ ਉਸ ਦੇ ਵਿੱਚ ਸਾਡੇ ਕੋਲ ਵਿਦ ਫੋਟੋਜ਼ ਪਰੂਫ ਨੇ, ਮਤਲਬ ਜਿਹੜੇ ਕਾਂਗਰਸ ਦੇ ਵਧੀਆ ਚੇਅਰਮੈਨ ਲੈਵਲ ਦੇ ਲੀਡਰ ਆ, ਉਹ ਵੀ ਬੱਸਾਂ ਭਰ ਕੇ ਲੈ ਕੇ ਗਏ ਨੇ, ਉਹ ਮਤਲਬ ਸਪੋਂਸਰ ਕੀਤੀ ਗਈ ਸੀ ਕਾਂਗਰਸ ਵੱਲੋਂ ਰੈਲੀ ਕੀਤੀ ਗਈ ਸੀਗੀ, ਉਹਨੂੰ ਚਿਹਰਾ ਜ਼ਰੂਰ ਅਕਾਲੀ ਦਲ ਦਾ ਦਿੱਤਾ ਗਿਆ ਸੀ, ਸ਼੍ਰੋਮਣੀ ਅਕਾਲੀ ਦਲ ਨਾਰੇ ਵੀ ਜ਼ਰੂਰ ਲਾਏ ਗਏ, ਪਰ ਜਿੰਨਾ ਉਹਦੇ ਵਿੱਚ ਬੈਕਅਪ ਕੀਤਾ ਗਿਆ ਉਹ ਕਾਂਗਰਸ ਨੇ ਕੀਤਾ ਗਿਆ, ਉਹ ਕਿੰਨਾ ਸਮਾਂ ਇਹਨਾਂ ਦਾ ਸਾਥ ਨਿਭਦਾ ਵਾ ਇਹ ਦੇਖਣ ਵਾਲੀ ਗੱਲ ਹੋਊਗੀ। ਮੈਨੂੰ ਇਹ ਲੱਗਦਾ ਨਹੀਂ, ਥੋੜ੍ਹਾ ਜਿਹਾ ਵਾਰ ਆ, ਥੋੜ੍ਹੇ ਦਿਨਾਂ ਤੱਕ, ਥੋੜ੍ਹੇ ਟਾਈਮ ਤੱਕ ਸ਼ਾਂਤ ਹੋ ਜਾਏਗਾ, ਇਹ ਲਗਾਤਾਰ 2 ਸਾਲ ਪਏ ਇਲੈਕਸ਼ਨਾਂ ਨੂੰ, ਇਹਨਾਂ ਸਾਲ ਲੰਮਾ ਚੱਲਣਾ ਬੜਾ ਔਖਾ ਵਾ, ਅਤੇ ਬਾਕੀ ਬੰਦੇ ਵੀ ਜਿਹੜੇ ਇਕੱਠੇ ਹੋਏ, ਹਰੇਕ ਬੰਦਾ ਹੀ ਉਹਦੇ 'ਤੇ ਓਪਰਚੁਨਿਟੀਜ਼ ਬੰਦੇ, ਜੇ ਤੁਸੀਂ ਕਹਿੰਦੇ ਹੋ ਬੈਂਸ ਸਾਹਿਬ ਨਹੀਂ ਆਏ ਉੱਥੇ, ਖਹਿਰਾ ਸਾਹਿਬ ਨਹੀਂ ਆਏ, ਇਹਨਾਂ ਦੀਆਂ ਆਪਦੀਆਂ ਸ਼ਰਤਾਂ ਨਹੀਂ ਹਜੇ ਤੈਅ ਹੋਈਆਂ,
ਵੀ ਕਿਹੜਾ ਮੁੱਖ ਮੰਤਰੀ ਬਣੂਗਾ, ਕਿਹੜਾ ਡਿਪਟੀ ਮੁੱਖ ਮੰਤਰੀ ਬਣੂ, ਕਿਹੜਾ ਪਾਰਟੀ ਲੀਡਰ ਬਣੂਗਾ, ਉਹ ਸ਼ਰਤਾਂ ਤੈਅ ਕਰਨਗੇ ਜਦੋਂ ਆਪਦੇ ਹਿੱਤ ਦੇਖਣਗੇ ਫਿਰ ਜਾਣਗੇ, ਨਹੀਂ ਤਾਂ ਜੇ ਲੋਕਾਂ ਦੇ ਹਿੱਤ ਆ ਜਿਵੇਂ ਕਹਿੰਦੇ ਵੀ ਹਿੱਤਾਂ ਵਾਸਤੇ ਪੰਥ ਬਚਾਉਣ ਵਾਸਤੇ ਰੈਲੀ ਰੱਖੀ ਗਈ ਸੀ, ਫਿਰ ਹਲਕੇ ਦੇ ਕੰਮ ਮੁੱਦੇ ਛੋਟੇ ਰਹਿ ਜਾਂਦੇ ਆ, ਪੰਥ ਵਾਸਤੇ ਹਰੇਕ ਲੀਡਰ ਸਾਰਾ ਕੁਛ ਛੱਡ ਕੇ ਉੱਥੇ ਪਹੁੰਚ ਜਾਂਦਾ ਵਾ। ਹਜੇ ਇਹਨਾਂ ਦੀ ਆਪਦੀਆਂ ਸ਼ਰਤਾਂ ਤੈਅ ਕਰ ਰਿਹਾ ਸਾਰੇ, ਮੈਂ ਕਹਿੰਦਾ ਵੀ ਇਸ ਸਿਸਟਮ ਦੇ ਵਿੱਚ ਸਾਰੇ ਓਪਰਚੁਨਿਸਟ ਲੋਕ ਨੇ, ਉਹ ਓਪਰਚੁਨਿਟੀ ਦੇਖਦੇ ਆ, ਇਸ ਕਰਕੇ ਓਪਰਚੁਨਿਸਟ ਲੋਕ ਜਦੋਂ ਇਕੱਠੇ ਹੋਣ ਉਹਨਾਂ ਨੂੰ ਇਕੱਠੇ ਰਹਿਣਾ ਬੜਾ ਔਖਾ ਹੁੰਦਾ, ਉਹ ਵੀ ਇੰਨਾ ਲੰਮਾ ਟਾਈਮ ਇਕੱਠਾ ਰਹਿਣ। ਜੀ ਮਹਾਰਾਜ ਸਾਹਿਬ, ਤੁਸੀਂ ਕਿਵੇਂ ਦੇਖੋਗੇ ਇਹਨਾਂ ਦਾ? ਆਪਣਾ ਪੱਖ ਹੈ, ਇਹਨਾਂ ਦਾ ਆਪਣਾ ਪੱਖ ਹੈ, ਇੱਕ ਪੱਖ ਮੇਰਾ ਵੀ ਲੈ ਲਈ। ਜੀ ਜੀ, ਇਹ ਕਹਿੰਦੇ ਕਿ ਕਾਂਗਰਸ ਵੱਲੋਂ ਸਪੌਂਸਰਡ ਸੀ, ਜਿਵੇਂ ਆਪਾਂ ਪਰਸੋਂ ਵੀ ਗੱਲ ਕੀਤੀ। ਜੀ ਜੀ, ਉਹਨਾਂ ਨੇ ਮੰਚ ਤੋਂ ਬਾਰ ਬਾਰ ਕਿਹਾ, ਸੇਖਵਾਂ ਨੇ ਵੀ ਮੰਚ ਤੋਂ ਕਿਹਾ ਦੋ ਵਾਰੀ ਜੀ, ਵੀ ਜਿਹਨੂੰ ਸ਼ੱਕ ਹੈ ਬਿਲਕੁਲ ਵੀ ਇੱਥੇ ਕਾਂਗਰਸ ਦਾ ਬੰਦਾ ਹੋ ਸਕਦਾ ਤੇ ਉਹ ਆ ਕੇ ਚੈੱਕ ਕਰ ਲਓ। ਜੀ ਜੀ, ਇਹਦਾ ਮਤਲਬ ਹੈ ਉਹਨਾਂ ਨੂੰ ਵੀ ਸ਼ੱਕ ਸੀ ਕਿ ਐਲੀਗੇਸ਼ਨ ਲੱਗੂਗਾ, ਤੇ ਅਕਾਲੀ ਦਲ ਇਹ ਐਲੀਗੇਸ਼ਨ ਲਾ ਕੇ ਕੀ ਸੁਨੇਹਾ ਦੇਣਾ ਚਾਹੁੰਦਾ ਵੀ ਉਹ ਕਾਂਗਰਸੀ ਸਪੌਂਸਰਡ ਸੀ, ਉੱਥੇ ਕਾਂਗਰਸੀ ਬੰਦੇ ਸੀ? ਦੇਖੋ ਡੱਲਾ ਸਾਹਿਬ, ਜਿਹੜੀ ਕੱਲ੍ਹ ਦੀ ਰੈਲੀ ਹੋਈ ਹੈ ਉਹ ਬਹੁਤ ਵਧੀਆ ਰੈਲੀ ਢੀਂਡਸਾ ਸਾਹਿਬ ਨੇ ਕੀਤੀ, ਔਰ ਆਪਣੇ ਕੱਦ ਦੇ ਮੁਤਾਬਿਕ ਉਹਨਾਂ ਨੇ ਸਾਰੇ ਜੋ ਲੋਕਾਂ ਦੇ ਇੱਕ ਮੈਸੇਜ ਦਿੱਤਾ ਸੀ, ਬੜੀ ਵੱਡੀ ਰੈਲੀ ਹੋਏਗੀ, ਵੱਡੀ ਰੈਲੀ ਹੋਈ। ਔਰ ਸੁਖਬੀਰ ਬਾਦਲ ਲੜਾਂ ਦੀ ਰੈਲੀ ਵੀ ਠੀਕ ਸੀਗੀ, ਪਰ ਹੁਣ ਸੁਖਬੀਰ ਬਾਦਲ ਕੋਲ ਹੋਰ ਕਹਿਣ ਨੂੰ ਕੁਛ ਨਹੀਂ ਹੈਗਾ, ਕਿਉਂਕਿ ਉਹ ਤਾਂ ਕਹਿਣਗੇ ਵੀ ਕਾਂਗਰਸੀ ਉੱਥੇ ਆਏ ਸੀਗੇ। ਜਦਕਿ ਸੰਗਰੂਰ ਔਰ ਬਰਨਾਲਾ ਦੇ ਵਿੱਚ ਜਿਹੜੇ ਆਪਣੇ ਸੁਖਦੇਵ ਸਿੰਘ ਢੀਂਡਸਾ, ਉਹਨਾਂ ਦਾ ਬੜਾ ਅੱਛਾ ਉੱਥੇ ਲੋਕਾਂ ਦੇ ਵਿੱਚ ਪਕੜ ਹੈਗੀ ਹੈ, ਔਰ ਅਕਾਲੀ ਦਲ ਟਕਸਾਲੀਆਂ ਨੇ ਵੀ ਪੂਰਾ ਜ਼ੋਰ ਲਾਇਆ ਸੀਗਾ ਉੱਥੇ, ਔਰ ਮੈਂ ਕਹਿੰਦਾ ਕੱਲ੍ਹ ਦੀ ਰੈਲੀ ਸੁਖਬੀਰ ਤੋਂ ਘੱਟ ਨਹੀਂ ਬਲਕਿ ਵੱਧ ਸੀਗੀ। ਅੱਛਾ, ਤੁਹਾਨੂੰ ਸੁਖਬੀਰ ਤੋਂ ਵੀ ਵੱਡੀ? ਜੀ ਬਿਲਕੁਲ, ਮੈਨੂੰ ਉਹ ਕਿਵੇਂ ਉਹ ਇੱਦਾਂ ਖੇਤ ਵੱਡਾ ਸੀ? ਜੀ ਨਹੀਂ, ਉਹ 25-30 ਹਜ਼ਾਰ ਬੰਦਾ ਨਜ਼ਰ ਆ ਰਿਹਾ ਸੀ, ਅਤੇ ਬਾਕੀ ਹੋਰ ਬਾਹਰ ਲੋਕ ਵੀ ਬੜੇ ਕਾਫੀ ਤਾਦਾਦ 'ਚ ਸੀਗੇ। ਔਰ ਦੇਖੋ ਸੁਖਬੀਰ ਬਾਦਲ ਜਿਹੜੇ ਕਹਿੰਦੇ ਆਪਣੇ ਆਪ ਨੂੰ ਅਕਾਲੀ ਦਲ ਦਾ ਸਰਵੇ ਸਰਵਾ, ਉਹਨਾਂ ਨੇ ਇਹੀ ਗੱਲ ਉੱਥੇ ਕਹੀ ਕਿ ਅੱਜ ਅਸੀਂ ਅਹੰਕਾਰ ਤੋੜਿਆ ਸੁਖਬੀਰ ਬਾਦਲ ਦਾ, ਕਿਉਂਕਿ ਉਹ ਕਹਿ ਰਹੇ ਸੀ ਵੀ ਇਹਨਾਂ ਦੀ ਜਿਹੜੀ ਰੈਲੀ ਰੂਲੀ ਕੁਛ ਨਹੀਂ ਹੋਣੀ, ਇਹਨਾਂ ਕੋਲ ਬੰਦੇ ਨਹੀਂ ਹੋਣੇ। ਔਰ ਅੱਜ ਜਿਸ ਤਰ੍ਹਾਂ ਤੁਸੀਂ ਦੇਖੋ ਉਹਨਾਂ ਦੀ ਸਟੇਜ 'ਤੇ ਵੀ ਬਹੁਤ ਬੰਦਾ ਸੀਗਾ ਅਤੇ ਸਾਹਮਣੇ ਵੀ ਬੰਦੇ ਬਹੁਤ ਜ਼ਿਆਦਾ। ਬਿਲਕੁਲ, ਦੋਨੇ ਇੱਕੋ ਥਾਂ 'ਤੇ ਦੋਵਾਂ ਨੇ ਰੈਲੀ ਕੀਤੀ ਸੀ, ਦਾਣਾ ਮੰਡੀ 'ਚ। ਬਿਲਕੁਲ, ਐਕਚੁਅਲੀ ਸ਼ੈੱਡ ਮੰਡੀਆਂ ਦੇ ਇੱਕੋ ਜਿਹੇ ਹੁੰਦੇ ਜੀ। ਐਕਚੁਅਲੀ ਜੀ, ਸੁਖਬੀਰ ਬਾਦਲ ਨੂੰ ਇੱਕ ਬਿਆਨ ਦੇਣਾ ਪੈਣਾ ਹੀ ਸੀਗਾ ਵੀ ਕਾਂਗਰਸੀ ਆਏ, ਕਿਉਂਕਿ ਅਸਲ ਟੱਕਰ ਤਾਂ ਹੁਣ ਉਹਨਾਂ ਨੂੰ ਅਕਾਲੀ ਦਲ ਟਕਸਾਲੀ ਵੱਲੋਂ ਹੀ ਮਿਲਣੀ ਹੈ, ਕਿਉਂਕਿ ਪੰਜਾਬ ਦੇ ਵਿੱਚ ਇਸ ਟਾਈਮ ਅਗਰ ਕੁਛ ਸਭ ਤੋਂ ਵੱਡਾ ਕੋਈ ਨੁਕਸਾਨ ਹੋ ਰਿਹਾ ਤਾਂ ਅਕਾਲੀ ਦਲ ਦਾ ਹੀ ਨੁਕਸਾਨ ਹੋ ਰਿਹਾ, ਕਿਉਂਕਿ ਇਹ ਸੁਖਦੇਵ ਸਿੰਘ ਢੀਂਡਸਾ ਔਰ ਜਿੰਨੇ ਹੋਰ ਉਹਨਾਂ ਦੇ ਨਾਲ ਵੱਡੇ ਲੀਡਰ ਹੈ ਸਿੱਖਾਂ ਬ੍ਰਹਮਪੁਰਾ, ਇਹ ਅਕਾਲੀ ਦਲ ਨੂੰ ਨੁਕਸਾਨ ਪਹੁੰਚਾ ਰਹੇ, ਕਿਉਂਕਿ ਲੋਕ ਇਹਨਾਂ ਦੇ ਜਿਹੜੇ ਪੁਰਾਣੇ ਸੀਗੇ ਉਹ ਟੁੱਟ ਟੁੱਟ ਇੱਧਰ ਆਈ ਜਾ ਰਹੇ ਆ, ਔਰ ਅਕਾਲੀ ਦਲ ਨੂੰ ਜੋ ਇੱਕ ਮੇਜਰ ਨੁਕਸਾਨ ਜੀ ਹੋ ਰਿਹਾ। ਚਲੋ, ਚੋਣਾਂ ਦੇ ਵਿੱਚ ਕਾਫੀ ਮਤਲਬ ਨੁਕਸਾਨ ਪਹੁੰਚਾ ਸਕਦੇ। ਜੀ ਹਾਂਜੀ ਹਾਂਜੀ, ਮੈਂ ਸਰ ਇੱਕ ਗੱਲ ਕਹਿਣਾ ਚਾਹੁੰਦਾ, ਪ੍ਰਭਜ ਧਾਲੀਵਾਲ ਜੀ ਨੇ ਕਿਹਾ ਕਿ ਇਹਨਾਂ ਦੇ ਆਪਣੇ ਆਪਣੇ ਹਿੱਤ ਹੀ ਨਹੀਂ ਖਤਮ ਹੋ ਰਹੇ ਜਿਹਦੇ ਕਰਕੇ ਇਕੱਠੇ ਨਹੀਂ ਹੋ ਰਹੇ। ਅਸੀਂ ਪਹਿਲੀ ਗੱਲ, ਪੰਜਾਬ ਦੇ ਲੋਕਾਂ ਦੇ ਹਿੱਤ ਸਾਡੇ ਹਿੱਤ ਨੇ, ਪੰਜਾਬ ਦੇ ਹਿੱਤ ਸਾਡੇ ਹਿੱਤ ਨੇ, ਅਤੇ ਪੰਜਾਬ ਦੇ ਹਿੱਤ ਲਈ ਅਸੀਂ ਜ਼ਰੂਰ ਇਕੱਠੇ ਹੋਵਾਂਗੇ, ਅਤੇ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵੀ ਮਤਲਬ ਬਾਹਰ ਨਿਕਲਣ ਅਤੇ ਲੋਕਾਂ ਨੂੰ ਇੱਕ ਮਤਲਬ ਆਸ ਦੇ, ਕਿਉਂਕਿ ਇਸ ਵੇਲੇ ਚੁੱਪ ਬੈਠੇ ਨੇ। ਜੇ ਜ਼ਿਆਦਾ ਦੇਰ ਸਰ ਚੁੱਪ ਬੈਠੇ ਰਹੇ ਨਾ, ਮਤਲਬ ਜੇ ਹੋਰ ਉਹਨਾਂ ਨੇ ਸਮਾਂ ਲੰਘਾ ਤਾ ਫਿਰ ਲੋਕਾਂ ਨੇ ਕਿੱਧਰ ਹੋਰ ਚੱਲਣਾ ਸ਼ੁਰੂ ਕਰ ਦੇਣਾ, ਲੋਕ ਬਹੁਤੀ ਦੇਰ ਵੇਟ ਨਹੀਂ ਕਰਦੇ। ਪਰ ਮੇਰੀ ਬੇਨਤੀ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੂੰ ਵੀ ਕਿ ਉਹ ਵੀ ਹੁਣ ਬਾਹਰ ਨਿਕਲਣ, ਹੁਣ ਕਾਫੀ ਸਮਾਂ ਹੋ ਗਿਆ। ਅਤੇ ਰਹੀ ਗੱਲ ਸਰ ਜਿਹੜੇ ਇਕੱਠੇ ਹੋਣ ਦੀ, ਖਹਿਰਾ ਸਾਹਿਬ ਵੀ ਕੋਸ਼ਿਸ਼ ਕਰ ਰਹੇ ਨੇ, ਬੈਨ ਸਾਹਿਬ ਨਾਲ ਵੀ ਗੱਲਬਾਤ ਚੱਲ ਰਹੀ ਹੈ, ਗਾਂਧੀ ਸਾਹਿਬ ਨਾਲ ਵੀ ਚੱਲ ਰਹੀ ਹੈ, ਅਤੇ ਟਕਸਾਲੀਆਂ ਨਾਲ ਵੀ ਚੱਲ ਰਹੀ ਹੈ ਕਿ ਹੁਣ ਮੌਕਾ ਹੈਗਾ ਕਿ ਹੁਣ ਆਪਾਂ ਇਕੱਠੇ ਹੋ ਜਾਈਏ। ਖਹਿਰਾ ਸਾਹਿਬ ਤਾਂ ਇਹ ਵੀ ਕਹਿੰਦੇ ਨੇ, ਜਨਤਕ ਤੌਰ 'ਤੇ ਕਹਿ ਚੁੱਕੇ ਨੇ ਕਿ ਮੈਨੂੰ ਕੁਛ ਨਹੀਂ ਚਾਹੀਦਾ, ਕੋਈ ਅਹੁਦਾ ਨਹੀਂ ਚਾਹੀਦਾ, ਕੋਈ ਰੈਂਕ ਨਹੀਂ ਚਾਹੀਦਾ, ਜਿਹੜਾ ਮਰਜ਼ੀ ਤੁਸੀਂ ਝੰਡਾ ਇੱਕ ਕਰ ਲਓ ਪਰ ਇੱਕ ਝੰਡਾ ਕਰ ਲਓ, ਉਹ ਲੋਕਾਂ ਦੀ ਆਸ। ਚਲੋ, ਮੈਂ ਨਾਲ ਹੀ ਇਹਦੇ ਸਵਾਲ 'ਚ ਦੂਜੇ ਚਾਹੁੰਦਾ, ਪਰਮਿੰਦਰ ਢੀਂਡਸਾ। ਹਾਂਜੀ, ਇੱਕ ਪਾਸੇ ਸੁਖਬੀਰ ਬਾਦਲ ਹੈ, ਹਾਂਜੀ, ਪਰਮਿੰਦਰ ਢੀਂਡਸਾ ਨੇ ਵੀ ਕੱਲ੍ਹ ਜ਼ੋਰਦਾਰ ਸਪੀਚ ਦਿੱਤੀ, ਹਾਂਜੀ, ਅਤੇ ਟਕਸਾਲੀਆਂ ਨੇ, ਕਿਉਂਕਿ ਬਜ਼ੁਰਗ ਲੀਡਰ ਨੇ ਜਿਵੇਂ ਢੀਂਡਸਾ, ਬ੍ਰਹਮਪੁਰਾ, ਉਹਨਾਂ ਨੇ ਤਾਂ ਜਾਣਾ ਹੈ ਧਰਮ SGPC ਵਾਲੀਆਂ ਚੋਣਾਂ ਵਾਲੇ ਪਾਸੇ। ਹਾਂਜੀ ਹਾਂਜੀ, ਪਰਮਿੰਦਰ ਢੀਂਡਸਾ ਨਿਰੋਲ ਚਿਹਰਾ ਉਹਨਾਂ ਕੋਲੇ ਨੌਜਵਾਨ, ਹਾਂਜੀ, ਜਿਹੜਾ 4-5 ਵਾਰ ਦਾ MLA ਹੈ, ਹਾਂਜੀ, 2 ਵਾਰ ਦਾ ਖਜ਼ਾਨਾ ਮੰਤਰੀ, ਹਾਂਜੀ, ਤਜਰਬੇਕਾਰ ਹੈ। ਕੀ ਟਕਸਾਲੀ ਢੀਂਡਸਾ ਗਰੁੱਪ ਸਾਰਾ ਜੇ ਪਰਮਿੰਦਰ ਢੀਂਡਸੇ ਨੂੰ ਆਪਣਾ ਆਉਣ ਵਾਲੇ ਸਮੇਂ 'ਚ ਅੱਗੇ ਲਾ ਲੈਣਗੇ ਤਾਂ ਕੀ ਲੱਗਦਾ ਪਰਮਿੰਦਰ ਢੀਂਡਸਾ ਦੀ ਅਗਵਾਈ 'ਚ ਬੈਂਸ, ਖਹਿਰਾ ਇਹ ਸਾਰੇ ਚੱਲਣ ਨੂੰ ਰਾਜ਼ੀ ਹੋ ਜਾਣਗੇ ਭਵਿੱਖ 'ਚ ਜੇ ਸਥਿਤੀ ਬਣਦੀ ਹੈ ਤਾਂ? ਦੇਖੋ ਸਰ, ਕਿਉਂਕਿ ਸੁਖਦੇਵ ਢੀਂਡਸੇ ਦਾ ਪੁੱਤ ਪਰਮਿੰਦਰ ਢੀਂਡਸਾ ਤਜਰਬੇਕਾਰ ਹੈ, ਖਹਿਰੇ ਨਾਲੋਂ ਜ਼ਿਆਦਾ ਤਜਰਬਾ ਹੈ ਉਹਦੇ ਕੋਲ। ਦੇਖੋ ਸਰ, ਪਹਿਲੇ ਤਾਂ ਮੈਂ ਕਹੂੰਗਾ ਇਹ ਬਹੁਤ ਜਲਦੀ ਹੋਊਗੀ ਇਸ ਗੱਲ 'ਤੇ ਜਵਾਬ ਦੇਣਾ, 22 ਵੀ ਨੇੜੇ ਆ। ਮੈਂ ਉਹੀ ਕਹਿ ਰਿਹਾ ਨਾ ਸਰ, ਅਤੇ ਨੋ ਡਾਊਟ ਪਰਮਿੰਦਰ ਸਿੰਘ ਢੀਂਡਸਾ ਇੱਕ ਕਾਬਿਲ ਲੀਡਰ ਨੇ, ਇੱਕ ਪੜ੍ਹੇ ਲਿਖੇ ਨੇ, ਉਹਨਾਂ 'ਚ ਇੱਕ ਲਿਆਕਤ ਹੈ, ਇੱਕ ਸੂਝਵਾਨ ਲੀਡਰ ਨੇ। ਮੇਰਾ ਕਹਿਣ ਦਾ ਮਤਲਬ ਸੀ ਜਿਹੜਾ ਬੈਂਸ ਨਹੀਂ ਗਿਆ ਕਿਤੇ,
ਜਿੰਨੇ ਅੱਗੇ ਲੱਗਣਾ ਲੱਗੋ, ਪਰ ਪੰਜਾਬ ਦੇ ਹਿੱਤ ਲਈ ਆਪਾਂ ਇਕੱਠੇ ਤਾਂ ਹੋ ਜਾਈਏ। ਹੁਣ ਇਹੀ ਕਰ ਸਕਦੇ ਆ ਨਾ, ਹੁਣ ਜਦੋਂ ਬਾਕੀ ਲੀਡਰ ਇਹ ਬਿਆਨ ਦੇਣਗੇ ਉਦੋਂ ਇਕੱਠੇ ਹੋ ਸਕਦੇ ਆ ਨਾ। ਹਲੇ ਬਾਕੀ ਲੀਡਰਾਂ ਵੱਲੋਂ ਇਹ ਬਿਆਨ ਹੀ ਨਹੀਂ ਹੈ, ਹਲੇ ਕਿਸੇ ਵੀ ਲੀਡਰ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਪਰ ਇਹ ਜਦੋਂ ਤੱਕ ਇਹੋ ਜਿਹੇ ਬਿਆਨ ਨਹੀਂ ਸ਼ੁਰੂ ਹੋਣਗੇ ਨਾ, ਸਾਨੂੰ ਕੁਛ ਵੀ ਨਹੀਂ ਚਾਹੀਦਾ। ਆ ਜਾਓ ਬਿਨਾਂ ਸ਼ਰਤਾਂ ਤੋਂ, ਬਿਨਾਂ ਅਹੁਦਿਆਂ ਤੋਂ ਆਓ ਇਕੱਠੇ ਹੋਈਏ। ਕਿਉਂ ਨਹੀਂ ਹੋ ਸਕਦੇ ਇਕੱਠੇ ਸਰ? ਅੱਜ ਇਕੱਠੇ ਹੋ ਸਕਦੇ ਆ, ਪਰ ਇੱਕ ਇੱਕ ਮੈਂ ਕਹਿੰਦਾ ਇੱਕ ਇਹਦੇ 'ਚ ਸਟਰੋਂਗ ਵਿਲ ਪਾਵਰ ਚਾਹੀਦਾ, ਅਤੇ ਆਪਣੇ ਹਿੱਤ ਛੱਡਣੇ ਪੈਣੇ ਆ। ਜੇ ਕਿਸੇ ਲੀਡਰ ਦੇ ਅੰਦਰ ਮਾੜੇ ਮੋਟੇ ਹਿੱਤ ਹੈਗੇ, ਉਹਨੂੰ ਛੱਡਣੇ ਪੈਣੇ ਆ, ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਨੀ ਪੈਣੀ ਆ। ਮੈਂ ਤਾਂ ਸਗੋਂ ਮੈਂ ਤਾਂ ਇਹ ਵੀ ਵਿਚਾਰ ਕੀਤਾ ਸੀ ਕਿ ਜਿੰਨੇ ਲੀਡਰ ਨੇ, ਛੋਟੇ ਛੋਟੇ ਪਾਰਟੀਆਂ ਜਿਨ੍ਹਾਂ ਨੇ ਬਣਾਈਆਂ ਹੋਈਆਂ, ਉਹ ਇਕੱਠੇ ਹੋ ਕੇ ਸਗੋਂ ਸਿੱਧੂ ਸਾਹਿਬ ਨੂੰ ਬੇਨਤੀ ਕਰਨ, ਅਪੀਲ ਕਰਨ ਕਿ ਆਓ ਤੁਸੀਂ ਸਾਨੂੰ ਲੀਡ ਕਰੋ। ਜੇ ਤੁਸੀਂ ਸੀਐਮ ਚਿਹਰਾ ਪਰਮਿੰਦਰ ਢੀਂਡਸਾ ਦੀ ਗੱਲ ਕਰੋ ਸਰ, ਮੇਰੇ ਹਿਸਾਬ ਨਾਲ ਜੋ ਜਨਤਾ ਦੀ ਆਵਾਜ਼ ਹੈ, ਸਿੱਧੂ ਸਾਹਿਬ ਦਾ ਅਕਸ ਇਸ ਵੇਲੇ ਨੰਬਰ 1 ਤੇ ਜਾ ਰਿਹਾ ਬਤੌਰ ਚੀਫ ਮਿਨਿਸਟਰ ਦਾ। ਮਤਲਬ ਜੇ ਮਤਲਬ ਲੋਕੀ ਐਕਸਪੈਕਟ ਕਰਦੇ ਤਾਂ ਸਿੱਧੂ ਤੋਂ ਇਲਾਵਾ ਵੀ ਹੋਣਗੇ ਨਾ, ਸਿੱਧੂ ਤਾਂ ਇੱਕ ਪਾਸੇ, ਸਿੱਧੂ ਤੋਂ ਇਲਾਵਾ ਗੱਲ ਕਰ ਲਈ ਸਰ। ਮੈਂ ਪਰਮਿੰਦਰ ਢੀਂਡਸਾ ਕੀ ਨੌਜਵਾਨ ਹੈ, ਕਿਉਂ ਨਹੀਂ ਉਹਨੂੰ ਜੇ ਉਹਨਾਂ ਦਾ ਧੜਾ ਅੱਗੇ ਲੈ ਕੇ ਆਊਗਾ ਸਰ, ਕਿਉਂ ਨਹੀਂ ਉਹਦੇ ਤੇ ਵਿਚਾਰ ਹੋਊਗਾ? ਪਰ ਉਹਨਾਂ ਜਿਹੜੇ ਸਾਡੇ ਲੋਕ ਨੇ ਨਾ, ਉਹ ਥੋੜੇ ਚੱਲਦੇ ਨੇ ਜੁੜ ਤੱਲੇ ਲੀਡਰ ਦੇ ਮਗਰ। ਜਿਹੜੇ ਢੀਂਡ ਸਾਹਿਬ ਵੀ ਐਮਐਲਏ ਬਣ ਗਏ? ਨਹੀਂ ਸਰ, ਮੈਂ ਇਹ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਉਹ ਸੂਝਵਾਨ ਨੇ, ਇੱਕ ਲਿਆਕਤ ਵਾਲੇ ਨੇ। ਪਰ ਜਿਹੜੇ ਸਾਡੇ ਪੰਜਾਬੀ ਨੇ ਨਾ, ਉਹ ਚੱਲਦੇ ਨੇ ਕਿ ਜਿਹੜਾ ਬੰਦਾ ਡਟ ਕੇ ਪੰਜਾਬ ਦੀ ਆਵਾਜ਼, ਬੁਲੰਦ ਆਵਾਜ਼ ਚੱਕ ਸਕੇ, ਅਤੇ ਉਹ ਸਿੱਧੂ ਸਾਹਿਬ ਤੋਂ ਨੰਬਰ 1 ਉਮੀਦ ਰੱਖਦੇ ਆ, ਨੰਬਰ 2 ਤੇ ਉਮੀਦ ਰੱਖਦੇ ਆ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਤੋਂ, ਕਿਉਂਕਿ ਬਤੌਰ ਲੀਡਰ ਆਪੋਜੀਸ਼ਨ ਲੋਕਾਂ ਨੇ ਉਹਨਾਂ ਦਾ ਕਿਰਦਾਰ ਦੇਖ ਲਿਆ। ਤੇ ਜੇ ਲੋਕਾਂ ਦੀ ਤੁਸੀਂ ਆਵਾਜ਼ ਸੁਣੋ ਨਾ ਸਰ, ਉਹਨਾਂ ਦਾ ਹੈਗਾ ਕੋਈ ਧਾਕੜ ਲੀਡਰ ਆਵੇ ਜਿਹੜਾ ਪੰਜਾਬ ਨੂੰ ਇਸ ਸੰਕਟ ਚੋਂ ਕੱਢ ਸਕੇ, ਤੇ ਉਹ ਧਾਕੜ ਲੀਡਰ ਹੀ ਕੱਢ ਸਕਦਾ। ਤੁਸੀਂ ਕੀ ਕਹਿਣਾ ਚਾਹੋਗੇ ਜੀ, ਜੇ ਪਰਮਿੰਦਰ ਢੀਂਡਸਾ ਅੱਗੇ ਆਉਂਦਾ ਤਾਂ ਫਿਰ ਕਿਹੋ ਜਿਹੀ ਅਕਾਲੀ ਦਲ ਨੂੰ ਚੁਣੌਤੀ ਹੈ? ਕਿਉਂਕਿ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਢੀਂਡਸਾ ਗਰੁੱਪ ਤੇ ਟਕਸਾਲੀ ਅਕਾਲੀ ਦਲ ਨੂੰ, ਸੁਖਬੀਰ ਬਾਦਲ ਵਾਲੇ ਨੂੰ ਚੁਣੌਤੀ ਦੇਣਗੇ, 2022 ਚ ਵੀ ਦੇਣਗੇ, ਸ਼੍ਰੋਮਣੀ ਕਮੇਟੀ ਚ ਵੀ ਦੇਣਗੇ। ਜੇ 2022 ਨੂੰ ਲੈ ਜਾਈਏ, ਪਰਮਿੰਦਰ ਢੀਂਡਸਾ ਦੀ ਨੌਜਵਾਨ ਲੀਡਰਸ਼ਿਪ ਹੈ, ਐਮਐਲਏ ਰਿਹਾ ਕਈ ਵਾਰੀ, ਖਜ਼ਾਨਾ ਮੰਤਰੀ ਰਿਹਾ, ਚੰਗਾ ਸੁਭਾਅ ਹੈ ਪਰਮਿੰਦਰ ਢੀਂਡਸਾ ਦਾ, ਮੰਦਾ ਨਹੀਂ ਬੋਲਦਾ, ਸਾਫ਼ ਸੁਥਰੀ ਭਾਸ਼ਾ। ਐਜ਼ ਏ ਲੀਡਰ, ਐਜ਼ ਏ ਇਨਸਾਨ, ਪਰਮਿੰਦਰ ਸਿੰਘ ਢੀਂਡਸਾ ਬਹੁਤ ਚੰਗੇ ਇਨਸਾਨ ਨੇ, ਮੇਰਾ ਬੜਾ ਵਾਹ ਵਾਸਤਾ ਰਿਹਾ ਉਹਨਾਂ ਨਾਲ। ਪਾਰਟੀ ਸਾਡੇ FM ਰਹੇ ਆ, ਵਿਰੋਧੀ ਦੇ ਲੀਡਰ ਰਹੇ ਆ, ਸਾਡੇ ਲੀਡਰ ਰਹੇ ਆ ਓਪੋਜੀਸ਼ਨ, ਇਹਦੇ ਵਿੱਚ MLA ਵਿਧਾਇਕ ਦਲ ਦੇ ਲੀਡਰ। ਹਾਂਜੀ ਹਾਂਜੀ, ਬੜੇ ਵਧੀਆ ਇਨਸਾਨ ਨੇ ਜੀ, ਪਰ ਐਜ਼ ਏ CM ਮੈਂ ਨਹੀਂ ਸੋਚਦਾ, ਕਿਉਂਕਿ ਸੰਗਰੂਰ ਤੋਂ ਬਾਅਦ ਉਹਨਾਂ ਦੀ ਸਿਹਤ ਥੋੜ੍ਹੀ ਘੱਟ ਆ, ਸੰਗਰੂਰ ਬਰਨਾਲੇ ਏਰੀਏ ਜ਼ਰੂਰ ਉਹਨਾਂ ਦਾ, ਕਿਉਂਕਿ ਸ਼ੁਰੂ ਤੋਂ ਉੱਥੇ ਰਹੇ ਆ, ਇਸ ਕਰਕੇ ਉਹਦਾ ਸੰਗਰੂਰ ਬਰਨਾਲੇ ਤੋਂ ਬਾਹਰ ਉਹਨਾਂ ਦੀ ਕੋਈ ਐਡੀ ਸ਼ਹਿਰ ਨਹੀਂ। ਜੋ CM ਲੈਵਲ ਦਾ ਜੋ ਲੀਡਰ ਆ, ਸਾਰੇ ਪੰਜਾਬ 'ਚ ਤਕਰੀਬਨ ਉਹਨਾਂ ਦਾ ਉਸ ਤਰ੍ਹਾਂ ਦਾ ਇੱਕ ਔਰਾ ਬਣਿਆ ਹੋਣਾ ਚਾਹੀਦਾ, ਉਹ ਮੈਨੂੰ ਲੱਗਦਾ ਨਹੀਂ ਗਾ ਵੀ ਜਿੱਥੇ ਉਸ ਸਿਸਟਮ 'ਚ ਕਿਤੇ ਫਿੱਟ ਆਉਂਦੇ ਆ। ਅਤੇ ਦੂਜੀ ਗੱਲ, ਹਜੇ ਤਾਂ ਪਾਰਟੀ ਹੈ ਨਹੀਂ ਕੋਈ ਜਿਹੜੀ ਸਾਰੇ ਪੰਜਾਬ 'ਚ ਇਲੈਕਸ਼ਨ ਲੜਾਵੇ। ਉਹ ਤਾਂ ਕੱਲ੍ਹ ਉਹਨਾਂ ਨੇ ਕਹਿ ਹੀ ਦਿੱਤਾ ਨਾ ਵੀ ਅਸੀਂ SGPC ਵੀ ਲੜਨੀ ਅਤੇ ਇਲੈਕਸ਼ਨਾਂ ਵੀ ਲੜਨੀਆਂ, ਪਾਰਟੀ ਤਾਂ ਬਣ ਜੂਗੀ, ਪਾਰਟੀ ਦਾ ਹਜੇ ਖਹਿਰੇ ਉਹਨਾਂ ਦੀ ਵੀ ਨਹੀਂ ਬਣੀ ਪੂਰੀ। ਮੈਂ ਤੁਹਾਨੂੰ ਇਹ ਕਹਿੰਦਾ ਨਾ ਜੀ ਵੀ ਫਿਰ ਬਿਨਾਂ ਤੱਥਾਂ ਤੋਂ ਆਪਾਂ ਗੱਲ ਕਰੀਏ, ਹਜੇ ਤਾਂ ਕੁਛ ਹਜੇ ਪਿੰਡ ਵਸਿਆ ਨਹੀਂ ਜੀ, ਆਪਾਂ ਪਹਿਲਾਂ ਹੀ ਕਰੀਏ। ਪਰ ਕੇਜਰੀਵਾਲ ਨੇ ਵੀ 3 ਮਹੀਨਿਆਂ 'ਚ ਪਾਰਟੀ ਬਣਾ ਕੇ ਇਲੈਕਸ਼ਨ ਜਿੱਤ ਲਈ ਸੀ। ਮੈਂ ਤੁਹਾਨੂੰ ਕਹਿੰਦਾ ਜੀ, ਦਿੱਲੀ ਹੈ ਜਿਹੜੀ ਉਹ ਮੌਕਾ ਹਮੇਸ਼ਾ, ਮਤਲਬ ਦਿੱਲੀ ਵੱਖਰੀ ਹੈ, ਪੰਜਾਬ ਵੱਖਰਾ, ਬਹੁਤ ਉਹ ਤਾਂ ਹੈਗਾ, ਬਹੁਤ ਜ਼ਮੀਨ ਅਸਮਾਨ ਦਾ ਫਰਕ ਆ, ਮੌਕਾ ਪੰਜਾਬ ਨੇ ਵੀ ਦਿੱਤਾ, ਮਤਲਬ ਜਿਹੜਾ ਕੰਮ ਦਿੱਲੀ ਹੋ ਸਕਦਾ ਪੰਜਾਬ 'ਚ ਨਹੀਂ ਹੋ ਸਕਦਾ। ਪੰਜਾਬ ਨੇ ਵੀ ਆਮ ਆਦਮੀ ਪਾਰਟੀ ਨੂੰ ਇੱਕ ਵਾਰੀ ਮੌਕਾ ਦਿੱਤਾ ਸੀਗਾ ਵੀ 3-4 ਮਹੀਨੇ ਦੇ ਵਿੱਚ ਆ ਕੇ ਬਹੁਤ ਵਧੀਆ ਹਵਾ ਬਣ ਗਈ ਸੀ, ਪਰ ਆਪਦੀਆਂ ਗਲਤੀਆਂ ਕਰਕੇ ਆ, ਹੋਰ ਲੋਕਾਂ ਨੂੰ ਕੋਈ ਸਮਝ ਆਉਂਦੀ ਗਈ ਜਿਵੇਂ ਜਿਵੇਂ ਸਮਾਂ ਨੇੜੇ ਚੱਲਦਾ ਗਿਆ, ਉਹ ਮੌਕਾ ਇੱਕ ਵਾਰੀ ਮਿਲਿਆ ਸੀ, ਖੁੰਝ ਗਿਆ। ਹਰ ਵਾਰ ਇੱਦਾਂ ਦੀ ਹਵਾ ਨਹੀਂ ਬਣਦੀ, ਹੁਣ ਪਾਰਟੀਆਂ ਜਿਹੜੇ ਪਰਖੇ ਹੋਏ ਲੀਡਰ ਆ, ਮੈਨੂੰ ਤਾਂ ਲੱਗਦਾ ਉਹਨਾਂ 'ਤੇ ਵਿਸ਼ਵਾਸ ਜ਼ਿਆਦਾ ਕਰਨਗੀਆਂ। ਜਿਹੜੀ ਰੈਲੀ ਵਾਲੀ ਗੱਲ ਮੈਂ ਤੁਹਾਨੂੰ ਦੱਸੀ ਆ, ਇਹਨਾਂ ਨੇ ਜ਼ਰੂਰ ਮੈਨੂੰ ਕਿਹਾ ਵੀ ਤੁਸੀਂ ਇਲਜ਼ਾਮ ਲਾ ਰਹੇ ਹੋ, ਜਦੋਂ ਅਕਾਲੀ ਦਲ ਦੀ ਰੈਲੀ ਹੋਈ ਸੀ, ਢੀਂਡਸਾ ਸਾਹਿਬ ਨੇ ਇਲਜ਼ਾਮ ਲਾਇਆ ਵੀ ਸਾਰੇ ਪੰਜਾਬ ਤੋਂ ਇਕੱਠ ਕੀਤਾ ਸੀ, ਸਾਡੇ ਲੀਡਰਾਂ ਨੇ TV 'ਤੇ ਆ ਕੇ ਵੀ ਬਿਆਨ ਦਿੱਤਾ ਵੀ ਇੱਕ ਵੀ ਵਰਕਰ ਕੋਈ ਬਾਹਰੋਂ ਆਇਆ, ਫੋਟੋਆਂ ਸਾਨੂੰ ਦੱਸੋ ਵੀ ਕੋਈ ਆਇਆ, ਕੈਮਰੇ ਲਾ ਲਓ, ਫਿੱਟ ਕਰ ਲਓ ਵੀ ਕੋਈ ਬਾਹਰੋਂ ਆਇਆ, ਸਾਡੇ ਸਾਰੇ ਹਲਕੇ 'ਚੋਂ ਆਏ ਸੀਗੇ। ਇਹ ਜ਼ਰੂਰ ਹੁੰਦਾ ਵੀ ਹਰੇਕ ਨੇ ਇਲਜ਼ਾਮ ਲਾਉਣਾ ਹੁੰਦਾ ਵਾ, ਅਕਾਲੀ ਸੁਣਨ ਜਾ ਸਕਦੇ ਕੋਈ ਮਾੜੇ ਮੋਟੇ, ਉਹ ਸੁਣ ਨਹੀਂ ਗਏ। ਦੇਖੋ ਲੋਕ ਕੋਈ ਵੀ ਸੁਣਨ ਜਾ ਸਕਦਾ, ਜੇ ਹੁਣ ਕਿੱਡੇ ਵੱਡੇ ਵੱਡੇ ਕੋਈ ਦੀਵਾਨ ਲੱਗਦੇ ਆ, ਕੋਈ ਸਿੰਗਰ ਆਉਂਦਾ, ਬੰਦੇ ਸੁਣਨ 'ਚ ਲਿਆਉਂਦਾ, ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਉਹਦੇ ਪਿੱਛੇ ਲੱਗ ਜਾਣਗੇ। ਸੁਣਨ ਦਾ ਹੱਕ ਤਾਂ ਹਰੇਕ ਨੂੰ ਆ, ਵੀ ਉਹਦੇ ਪਿੱਛੇ ਲੱਗ ਕੇ ਵੋਟਾਂ ਪਾਣਗੇ, ਉਹ ਹਜੇ ਬਹੁਤ ਲੰਬੀ ਗੱਲ ਆ ਜੀ, ਮੈਨੂੰ ਲੱਗਦਾ ਨਹੀਂ ਇਸ 'ਚ ਕਿਤੇ ਵੀ ਨੇੜੇ ਤੇੜੇ ਖੜ ਸਕਣਗੇ। ਮੋਹਰਾ ਸਾਹਿਬ, ਤੁਸੀਂ ਕਿਵੇਂ ਵੇਖੋਗੇ ਇਹਨਾਂ ਸਥਿਤੀਆਂ ਨੂੰ ਜੇ ਪਰਮਿੰਦਰ ਢੀਂਡਸਾ ਨੂੰ ਅੱਗੇ ਕਰਦਾ ਉਹ ਤੜਾ? ਦੇਖੋ ਡੱਲਾ ਸਾਹਿਬ, ਜਿਹੜੇ ਪਰਮਿੰਦਰ ਢੀਂਡਸਾ ਨੇ, ਉਹ ਪਹਿਲੀ ਗੱਲ ਜਿਵੇਂ ਸਾਡੇ ਅਕਾਲੀ ਦਲ ਵਾਲੇ ਵੀ ਉਹਨਾਂ ਦੇ ਬਾਰੇ ਕਾਫੀ ਮਹਿਮਾ ਕਰ ਚੁੱਕੇ ਨੇ ਮੰਡਲ ਉਹਨਾਂ ਦੀ, ਦੇਖੋ ਉਹ ਸੂਝਵਾਨ ਬੰਦੇ ਨੇ ਔਰ ਸ਼ਾਂਤ ਗੰਭੀਰ ਬੰਦੇ ਨੇ ਔਰ ਰਾਜਨੀਤਿਕ ਜਿਹੜੇ ਸਿਸਟਮ ਉਹਨੂੰ ਪੂਰੀ ਤਰ੍ਹਾਂ ਜਾਣਦੇ ਨੇ ਔਰ ਇੱਕ ਪੋਲੀਟੀਸ਼ੀਅਨ ਦੇ ਬੇਟੇ ਵੀ ਨੇ ਜੀ ਔਰ ਪੜ੍ਹੇ
ਫਾਈਨੈਂਸ ਦਾ ਸਾਰਾ ਸਿਸਟਮ ਸੰਭਾਲਣਾ ਕੋਈ ਆਸਾਨ ਕੰਮ ਨਹੀਂ ਹੈ। ਮਨਪ੍ਰੀਤ ਦੇ ਮੁਕਾਬਲੇ ਕਿੱਥੇ ਦੇਖੋਗੇ ਪਰਮਿੰਦਰ ਢਿੱਲੋਂ? ਨਹੀਂ, ਮਨਪ੍ਰੀਤ ਤੋਂ ਤਾਂ ਬਹੁਤ ਉੱਪਰ ਰਹੇ ਉਹਨਾਂ ਦੇ ਸਮੇਂ ਕਿਸੇ ਵੀ ਤਰੀਕੇ ਦੀ ਕੰਟਰੋਵਰਸੀ ਨਹੀਂ ਰਹੀ ਔਰ ਸਾਰੇ ਜਿਹੜੇ ਚਾਹੇ ਕਿਸਾਨੀਆਂ ਦੇ ਕਰਜ਼ ਦੇ ਗੱਲ ਹੋਵੇ ਜਾਂ ਪੰਜਾਬ ਦੇ ਵਿੱਚ ਰੈਵਨਿਊ ਇਕੱਠਾ ਕਰਨਾ ਹੋਵੇ, ਸਾਰਾ ਬੜਾ ਵਧੀਆ ਅਕਾਲੀ ਦਲ ਸਰਕਾਰ ਨੂੰ ਠੀਕ ਤਰੀਕੇ ਨਾਲ ਚਲਾਉਣ 'ਚ, ਹਾਲਾਂਕਿ ਉਹਨਾਂ ਦੇ ਵੇਲੇ ਇੱਕ ਜ਼ਰੂਰ ਸੀਗਾ ਇੰਪਲੋਈਜ਼ ਦੀ ਤਨਖਾਹ ਦਾ ਕੋਈ ਮਸਲਾ ਉੱਠਿਆ ਜ਼ਰੂਰ ਸੀਗਾ, ਲੇਕਿਨ ਉਹ ਵੀ ਟਾਈਮ ਟਾਈਮ 'ਤੇ ਉਹ ਕਢਾਉਂਦੇ ਗਏ। ਇੱਦਾਂ ਦੀ ਕੋਈ ਗੱਲ ਨਹੀਂ ਹੈ, ਮੈਂ ਸਮਝਦਾ ਕਿ ਉਹ ਬਿਹਤਰੀਨ ਬੰਦੇ ਨੇ ਔਰ ਜਿਸ ਤਰ੍ਹਾਂ ਉਹਨਾਂ ਦੀ ਸੋਚ ਔਰ ਅਪਰੋਚ ਅਗਵਾਈ ਮਨਜ਼ੂਰ ਕਰ ਲੈਣਗੇ ਪਰਮਿੰਦਰ ਢੀਂਡਸੇ ਦੀ ਜੇ ਬੈਂਸ ਹੁਣ ਕੱਲ੍ਹ ਗਏ ਨਹੀਂ ਬੈਂਸ ਜੀ, ਉੱਦਾਂ ਬੈਂਸ ਕਹਿੰਦੇ ਅਸੀਂ ਨਾਲ ਹਾਂ ਢੀਂਡਸਿਆਂ ਦੇ ਜੀ, ਪਰ ਜਦੋਂ ਪੰਥਕ ਮਹਾਨ ਪੰਥਕ ਇਕੱਠ ਸੀ ਕੱਲ੍ਹ ਉੱਥੇ ਬੈਂਸ ਨਹੀਂ ਗਿਆ ਵੱਡਾ। ਹੁਣ ਬਲਵਿੰਦਰ ਬੈਂਸ ਵੀ ਐਸ ਜੀ ਪੀ ਸੀ ਦਾ ਮੈਂਬਰ ਹੈ, ਐਸ ਜੀ ਪੀ ਸੀ ਦੀਆਂ ਚੋਣਾਂ ਲੜਨੀਆਂ ਨੇ ਲੋਕ ਇਨਸਾਫ ਪਾਰਟੀ ਨੇ, ਇਹ ਕਿਉਂ ਨਹੀਂ ਗਏ? ਇਹਨਾਂ ਨੂੰ ਡਰ ਹੈ ਕਿਤੇ ਨਾ ਕਿਤੇ ਵੀ ਅੱਗੇ ਸਾਨੂੰ ਕਿਤੇ ਪਰਮਿੰਦਰ ਢੀਂਡਸਾ ਨਾਲ ਮਿਲ ਜਾਏ, ਕਿਉਂਕਿ ਬਾਕੀ ਸਾਰਿਆਂ ਨੇ ਪਰਮਿੰਦਰ ਢੀਂਡਸੇ ਦਾ ਨਾਮ ਅੱਗੇ ਕਰਨਾ। ਨਹੀਂ ਉਹ ਦੇਖੋ ਹੈ ਹੀ ਹੈ ਜੀ, ਚੁਣੌਤੀ ਤਾਂ ਹੈਗੀ ਹੈ, ਕਿਉਂਕਿ ਦੇਖੋ ਜਦੋਂ ਪਰਮਿੰਦਰ ਢੀਂਡਸਾ ਅੱਗੇ ਆਉਣਗੇ ਤਾਂ ਨੈਚੁਰਲ ਅੱਗੇ ਤਾਂ ਕਿਤੇ ਬਹਿਸ ਦਾ ਕੱਦ ਘੱਟ ਸਕਦਾ। ਉਹਦਾ ਕਾਰਨ ਹੈ ਕਿ ਜਿਹੜਾ ਢੀਂਡਸਾ ਪਰਿਵਾਰ ਹੈ ਉਹਦੀ ਪੰਜਾਬ ਦੇ ਵਿੱਚ ਮਾਨਤਾ ਹੈਗੀ ਹੈ ਫਿਲਹਾਲ, ਔਰ ਜਿਹੜੀ ਬਹਿਸ ਦੀ ਹੈ ਉਹਨਾਂ ਦੀ ਹਜੇ ਡਿਸਟ੍ਰਿਕਟ ਤੋਂ ਬਾਹਰ ਨਹੀਂ ਨਿਕਲ ਸਕੀ। ਦੇਖੋ ਉਹਨਾਂ ਦੇ ਉਮੀਦਵਾਰ ਵੀ ਖੜੇ ਕੀਤੇ ਸੀ ਅਤੇ ਹਾਰ ਗਏ ਸੀਗੇ, ਜਮਾਨਤਾਂ ਤੱਕ ਜ਼ਬਤ ਹੋ ਗਈਆਂ ਸੀਗੀਆਂ। ਇਹਦਾ ਮਤਲਬ ਹੈ ਕਿ ਸਿਮਰਜੀਤ ਬੈਂਸ ਹੁਣੀ ਤਜਰਬੇ 'ਚ ਤਾਂ ਘੱਟ ਹੈਗੇ ਨੇ, ਜ਼ਿਆਦਾ ਤਜਰਬਾ ਪਰਮਿੰਦਰ ਢੀਂਡਸੇ ਕੋਲੇ, ਬੈਂਸ ਭਰਾਵਾਂ ਕੋਲੇ, ਪਰਮਿੰਦਰ ਢੀਂਡਸੇ ਜਿੱਦਾਂ ਤਜਰਬਾ ਤਾਂ ਨਹੀਂ ਹੈਗਾ। ਇਹਦਾ ਮਤਲਬ ਹੈ ਕਿਤੇ ਨਾ ਕਿਤੇ ਪਰਮਿੰਦਰ ਢੀਂਡਸੇ ਦੀ ਅਗਵਾਈ ਸਵੀਕਾਰ ਕਰਨ 'ਤੇ ਵੀ ਸਵਾਲ ਖੜੇ ਹੋ ਸਕਦੇ ਨੇ ਬੈਂਸ ਧੜੇ 'ਚ। ਦੇਖੋ ਬੈਂਸ ਧੜੇ 'ਚ ਤਾਂ ਜ਼ਰੂਰ ਹੋ ਸਕਦੇ ਜੀ, ਲੇਕਿਨ ਜਿਹੜੇ ਟਕਸਾਲਿਆਂ ਦੀ ਗੱਲ ਹੈ, ਦੇਖੋ ਕੱਲ੍ਹ ਸਟੇਜ 'ਤੇ ਵੀ ਹੋ, ਖਹਿਰੇ ਦੀ ਵੀ ਗੱਲ ਆ ਗਈ ਨਾ, ਖਹਿਰਾ ਵੀ ਲੈ ਲਈਏ, ਮੈਂ ਇਹਨਾਂ ਦੀ ਵੀ ਗੱਲ ਨਾਲ ਕਰ ਲਾਂ। ਜੀ ਜੀ ਦੇਖੋ ਥੋੜ੍ਹੀ ਜਿਹੀ ਹੋ ਸਕਦੀ ਇਹਦੇ 'ਚ ਕੋਈ ਦੋ ਰਾਇ ਨਹੀਂ, ਖਹਿਰਾ ਔਰ ਸਾਰਿਆਂ ਨੂੰ ਲੈ ਕੇ ਆਪਾਂ ਜੇ ਸਮੂਹਿਕ ਗੱਲ ਕਰਾਂਗੇ ਤਾਂ ਉੱਥੇ ਇੱਕ ਗੱਲ ਜ਼ਰੂਰ ਆ ਸਕਦੀ ਕਿ ਜੀ ਵੱਡੇ ਸੁਖਦੇਵ ਸਿੰਘ ਢੀਂਡਸਾ ਦੇ ਨਾਂ 'ਤੇ ਕੋਈ ਮੋਹਰ ਲੱਗ ਜੇ, ਪਰ ਮੈਨੂੰ ਲੱਗਦਾ ਕਿ ਜਿਹੜੇ ਪਰਮਿੰਦਰ ਢੀਂਡਸਾ ਨੇ ਉਹਨਾਂ ਦੀ ਜਿਹੜਾ ਜੋ ਉਹਨਾਂ ਦਾ ਇੱਕ ਰਾਜਨੀਤਿਕ ਸਿਸਟਮ ਹੈ ਉਹਦੇ ਨਾਲ ਕਿਸੇ ਨੂੰ ਜ਼ਿਆਦਾ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਉਹਦਾ ਕਾਰਨ ਹੈ ਕਿ ਉਹਨਾਂ ਦਾ ਜਿਹੜਾ ਮਿਲਨਸਾਰ ਰਵੱਈਆ ਬੜਾ, ਚਾਹੇ ਉਹ ਖਹਿਰਾ ਹੋਣ ਚਾਹੇ ਬੈਂਸ ਹੋਣ, ਮੈਨੂੰ ਲੱਗਦਾ ਕਿਤੇ ਉਹ ਈਗੋ ਕਲੈਸ਼ ਨਹੀਂ ਹੋਣ ਦੇਣਗੇ। ਉਹ ਇੱਦਾਂ ਦੇ ਬੰਦੇ ਨੇ ਕਿ ਉਹ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣ ਦੀ ਉਹਨਾਂ 'ਚ ਸ਼ਮਤਾ ਹੈਗੀ ਹੈ। ਚਲੋ ਆਖਰੀ ਟਿੱਪਣੀ ਮੈਂ ਸਰ ਇੱਕ ਗੱਲ ਕਹਿਣਾ ਚਾਹੁੰਦਾ, ਫਾਈਨੈਂਸ ਮਿਨਿਸਟਰ ਦੀ ਗੱਲ ਹੋ ਰਹੀ ਸੀ ਕਿ ਉਹਨਾਂ ਦਾ ਕਿਰਦਾਰ ਕਿੱਦਾਂ ਦਾ ਰਿਹਾ। 2007 'ਚ ਅਕਾਲੀ ਦਲ ਦੀ ਸਰਕਾਰ ਬਣੀ ਸੀ ਤਾਂ ਉਦੋਂ ਸਾਡੇ ਪੰਜਾਬ 'ਤੇ ਲਗਭਗ 40,000 ਕਰੋੜ ਦਾ ਕਰਜ਼ਾ ਸੀ ਅਤੇ ਜਦੋਂ ਇਹਨਾਂ ਦੇ ਟਰਮ ਖਤਮ ਹੋਣ 'ਤੇ ਆਈ 2017 ਅਤੇ ਸਾਡੇ ਪੰਜਾਬ 'ਤੇ ਕਰਜ਼ਾ ਹੋ ਗਿਆ 1,70,000 ਕਰੋੜ ਦਾ ਲਗਭਗ ਉਹਦੇ ਨੇੜੇ ਕਰਜ਼ਾ। ਅਤੇ ਇਹਦੇ 'ਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਕਾਬਲੀਅਤ ਬੜੀ ਚੰਗੀ ਸੀ, ਜੇ ਤਾਂ ਉਹ ਕਰਜ਼ਾ ਘਟਾਉਂਦੇ ਹੈ ਨਾ ਜਾਂ ਕਰਜ਼ਾ ਵਧਣ ਨਾ ਦਿੰਦੇ ਫਿਰ ਤਾਂ ਸਾਨੂੰ ਸਮਝ ਵੀ ਆਉਂਦੀ ਕਿ ਉਹਨਾਂ ਨੇ ਬਤੌਰ ਫਾਈਨੈਂਸ ਮਿਨਿਸਟਰ ਬਹੁਤ ਵਧੀਆ ਕੰਮ ਕੀਤਾ। ਅਤੇ ਹੁਣ ਮਨਪ੍ਰੀਤ ਬਾਦਲ ਜੀ ਦੀ ਗੱਲ ਕਰ ਲਓ, ਉਹ ਇੰਨਾ ਵੇਲੇ ਵੀ ਹੁਣ ਦੇਖੋ ਲਗਭਗ 3.5 ਲੱਖ ਕਰੋੜ ਦਾ ਕਰਜ਼ਾ ਵਧ ਰਿਹਾ। ਕਾਬਲੀਅਤ ਤਾਂ ਸਰ ਇਫੈਕਟਸ ਤੋਂ ਪਤਾ ਲੱਗਦੀ ਹੈ ਨਾ, ਆਪਾਂ ਲਿਆਕਤ ਤੋਂ ਕਾਬਲੀਅਤ ਨਹੀਂ ਦੇਖ ਸਕਦੇ। ਇਹ ਜਿਵੇਂ ਮਨਮੋਹਨ ਸਿੰਘ ਜੀ ਦੀ ਕਾਬਲੀਅਤ ਲੱਗਦਾ ਵੀ ਕਰਜ਼ਾ ਜਾਂ ਤਾਂ ਖਹਿਰਾ ਉਤਾਰੂ ਆ ਕੇ ਪੰਜਾਬ ਦਾ ਜਾਂ ਬੈਂਸ ਸਰ ਤੁਸੀਂ ਹਲੇ ਦੇਖਿਓ, ਕੁਛ ਸਮਾਂ ਵੇਟ ਕਰੋ, ਸਾਡੀ ਇੱਕ ਪਾਲਿਸੀ ਤਿਆਰ ਹੋ ਰਹੀ ਹੈ, ਖਹਿਰਾ ਸਾਹਿਬ ਪਾਲਿਸੀ ਤਿਆਰ ਕਰ ਰਿਹਾ, ਅਸੀਂ ਸਾਰੀ ਬੁੱਧੀਜੀਵੀਆਂ ਨਾਲ ਮਿਲ ਕੇ ਮੀਟਿੰਗ ਕਰ ਰਹੇ ਹਾਂ ਕਿ ਇਸ ਸੰਕਟ 'ਚੋਂ ਕਰਜ਼ੇ ਵਾਲੇ ਸੰਕਟ ਤੋਂ ਅਸੀਂ ਪੰਜਾਬ ਨੂੰ ਕਿਵੇਂ ਕੱਢ ਸਕਦੇ ਹਾਂ, ਛੇਤੀ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਲੋਕਾਂ ਦੇ ਅੱਗੇ ਇੱਕੋ ਪਾਲਿਸੀ ਰੱਖਾਂਗੇ। ਚਲੋ ਬੜੀ ਚੰਗੀ ਗੱਲ ਹੈ ਔਰ ਮੈਨੂੰ ਬੜੀ ਖੁਸ਼ੀ ਹੋਊਗੀ, ਇੱਕ ਝੰਡੇ 'ਚ ਝੰਡਾ ਸਵਾਲੋ ਛੇਤੀ, ਇੱਕੋ ਝੰਡੇ ਹੇਠ ਤੁਸੀਂ ਉਹ ਪਾਲਿਸੀ ਜਾਰੀ ਕਰੋ, ਅਸੀਂ ਸਲਿਊਟ ਕਰਾਂਗੇ ਕਿ ਤੁਸੀਂ ਸਾਰੇ ਇਕੱਠੇ ਹੋ ਗਏ, ਕਿਉਂਕਿ ਤੁਹਾਡੇ ਤੋਂ ਵੀ ਆਸਾਂ ਬਹੁਤ ਨੇ ਪੰਜਾਬੀਆਂ ਨੂੰ, ਬੈਂਸ, ਖਹਿਰਾ, ਗਾਂਧੀ ਸਾਹਿਬ, ਇਹਨਾਂ ਤੋਂ ਵੀ ਆਸਾਂ ਬਹੁਤ ਨੇ ਪੰਜਾਬੀਆਂ ਨੂੰ, ਪਰ ਪਤਾ ਨਹੀਂ ਕਿਉਂ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਇਹ ਸਾਰਿਆਂ ਨੇ ਮੀਟਿੰਗਾਂ ਕਹਿੰਦੇ ਗੁਪਤ ਕੀਤੀਆਂ ਨੇ, ਪਬਲਿਕ ਮੀਟਿੰਗਾਂ ਕਿਉਂ ਨਹੀਂ ਕੀਤੀਆਂ ਇਹ ਨਹੀਂ ਪਤਾ, ਅਤੇ ਪਾਰਟੀ ਇੱਕ ਕਿਉਂ ਨਹੀਂ ਬਣਾਈ, ਕਿਉਂਕਿ ਬਹੁਤ ਆਸਾਂ ਸੀ ਲੋਕਾਂ ਨੂੰ। ਸੋ ਆਸਾਂ ਤੋੜੀਓ ਨਾ, ਪਾਰਟੀ ਇੱਕ ਝੰਡੇ ਵਾਲੀ ਬਣਾ ਲਓ, ਡੰਡੇ ਵਾਲੀ, ਇੱਕ ਝੰਡੇ ਇੱਕ ਡੰਡੇ ਹੇਠ ਆਪਣੀ ਪਾਰਟੀ ਲਿਆਓ ਤਾਂ ਕਿ ਪੰਜਾਬ ਦੇ ਲੋਕ ਤੁਹਾਨੂੰ ਹੋਰ ਤਾਕਤ ਬਖਸ਼ਣ। ਚਲੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਵਕਤ ਕੱਢਿਆ, ਖਾਸ ਤੌਰ 'ਤੇ ਸਟੂਡੀਓ 'ਚ ਆਏ, ਤਲਗਲ ਸਾਹਿਬ ਤੁਹਾਡਾ ਵੀ, ਮਹਾਰਾਜ ਸਾਹਿਬ ਬਹੁਤ ਬਹੁਤ ਧੰਨਵਾਦ।